ਬਿਗਨਨ ਕੇ ਨਾਸਕ ਹਰ ਗੋਬਿੰਦ ਸੋਬ ਸੁਮਤ ਪ੍ਰਕਾਸਕ ਸ੍ਰੀ ਹਰ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸ ਬੰਦੋਂ ਬਾਰ ਬਾਰ ਜਗਦੀਸ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੜਤ ਸੋਇਨੀ ਸਿੱਖ ਚੱਲ ਆਇਓ ਸਤਿਗੁਰ ਆਗੇ ਸੀਸ ਨਿਵਾਇਓ ਆੜਤ ਸੋਇਨੀ ਸਿੱਖ ਚੱਲ ਆਇਓ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਨਗਰ ਜਲਾਲ ਉਸਮਾ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸਿੱਧ ਸਵਰੂਪ ਮਹਾਂਪੁਰਖ ਮਹਾਨ ਤਪਸਵੀ
ਅਵਤਾਰੀ ਪੁਰਸ਼ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਿਨ੍ਹਾਂ ਨੇ ਇਸ ਨਗਰ ਵਿੱਚ ਇਸ ਅਸਥਾਨ ਉੱਤੇ ਆਪਣੇ ਪਾਵਨ ਚਰਨ ਪਾਏ, ਕੁਝ ਸਮਾਂ ਇਸ ਅਸਥਾਨ 'ਤੇ ਨਾਮ ਗੁਰਬਾਣੀ ਦੀ ਮਹਾਨ ਤਪੱਸਿਆ ਘਾਲਣਾ ਘਾਲੀ ਹੈ। ਐਸੇ ਪਰਮ ਪਵਿੱਤਰ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਆਪਾਂ ਸਾਧ ਸੰਗਤ ਜੀ 6 ਜੂਨ 1984 ਦਾ ਉਹ ਘੱਲੂਘਾਰਾ ਜਦੋਂ ਉਸ ਸਮੇਂ ਦੀ ਜ਼ਾਲਮ ਅਤੇ ਨਿਰਦਈ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਬੜੀ ਬੇਰਹਿਮੀ ਦੇ ਨਾਲ ਭਿਆਨਕ ਹਮਲਾ ਕੀਤਾ ਔਰ ਉਸ ਹਮਲੇ ਦੌਰਾਨ ਅਣਗਿਣਤ ਸਿੰਘ ਸਿੰਘਣੀਆਂ ਭਟੰਗੀਆਂ ਬਜ਼ੁਰਗਾਂ ਮਾਤਾਵਾਂ ਨੇ ਮਹਾਨ ਸ਼ਹੀਦੀਆਂ ਦਿੱਤੀਆਂ। ਉੱਥੇ ਸਿੱਖ ਪੰਥ ਦੀ ਆਨ ਸ਼ਾਨ ਦੀ ਖਾਤਰ ਜਾਨ ਨਾਲੋਂ ਪਿਆਰੇ ਗੁਰਧਾਮਾਂ ਦੀ ਰੱਖਿਆ ਕਰਦਿਆਂ ਹੋਇਆਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੀ ਅਗਵਾਈ ਹੇਠ ਬੇਅੰਤ ਸਿੰਘਾਂ ਨੇ ਆਪਣੀਆਂ ਹੱਸ ਹੱਸ ਕੇ ਜਾਨਾਂ ਨਿਸ਼ਾਵਰ ਕੀਤੀਆਂ, ਕੁਰਬਾਨੀਆਂ ਦਿੱਤੀਆਂ, ਮਹਾਨ ਸ਼ਹੀਦੀਆਂ ਦੇਣਾ ਕੀਤੀਆਂ ਹਨ। ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ 6 ਜੂਨ 1984 ਦਾ ਉਹ ਤੀਸਰਾ ਘੱਲੂਘਾਰਾ ਦਮਦਮੀ ਟਕਸਾਲ ਵੱਲੋਂ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਹਰ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਇਆ ਜਾਂਦਾ ਹੈ ਔਰ ਇਹ ਪੂਰੇ ਘੱਲੂਘਾਰੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੀਆਂ ਲੜੀਆਂ ਵੱਖ ਵੱਖ ਨਗਰਾਂ ਦੇ ਵਿੱਚ 1 ਅਪ੍ਰੈਲ ਤੋਂ ਚੱਲ ਰਹੀਆਂ ਹਨ। ਪਹਿਲਾਂ ਗੁਰਦਾਸਪੁਰ ਜ਼ਿਲ੍ਹਾ, ਫਿਰ ਆਪਣਾ ਸਾਰਾ ਇਲਾਕਾ ਔਰ ਅੱਜ ਦਾ ਸ਼ਹੀਦੀ ਦੀਵਾਨ ਇਸ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਜ ਰਿਹਾ ਹੈ। ਆਪ ਜੀ ਨੇ ਜਥੇ ਦੇ ਛੋਟੇ ਭਟੰਗੀ ਸਿੰਘਾਂ ਦੀ ਰਸਨਾ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਉਪਰੰਤ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਵੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਇਹ ਕਥਾ ਗੁਰਸਿੱਖਾਂ ਦੇ ਪ੍ਰਸੰਗਾਂ ਦੀ ਚੱਲ ਰਹੀ ਹੈ ਔਰ ਭਾਈ ਗੁਰਦਾਸ ਜੀ ਨੇ ਵੀ ਨਾ ਗੁਰਸਿੱਖਾਂ ਦਾ ਜ਼ਿਕਰ ਆਪਣੀਆਂ ਵਾਰਾਂ ਵਿੱਚ ਕੀਤਾ ਹੈ। ਫਿਰ ਅਮਰ ਸ਼ਹੀਦ ਧੰਨ ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਦੇ ਵਿੱਚ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਇਹਨਾਂ ਗੁਰਸਿੱਖਾਂ ਦੀ ਕਥਾ ਆਪ ਲਿਖੀ। ਫਿਰ ਉਸ ਤੋਂ ਅੱਗੇ ਚੂੜਾਮਣ ਕਵੀ, ਮਹਾਨ ਪਰਉਪਕਾਰੀ, ਮਹਾਨ ਗਿਆਤਾ ਗੇ, ਮਹਾਨ ਇਤਿਹਾਸਕਾਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਸਾਰਾ ਗੁਰਪ੍ਰਤਾਪ ਸੂਰਜ ਗ੍ਰੰਥ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਕਾਵਿ ਰਚਨਾ ਵਿੱਚ ਸਤਿਗੁਰਾਂ ਦਾ ਇਤਿਹਾਸ ਆਪਣੀ ਪਵਿੱਤਰ ਕਲਮ ਤੋਂ ਆਪ ਲਿਖਿਆ ਹੈ। ਸੋ ਸਾਧ ਸੰਗਤ ਜੀ, ਅੱਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਨ੍ਹਾਂ ਸਿੱਖਾਂ ਦਾ
ਪ੍ਰਸੰਗ ਆ ਰਿਹਾ ਉਹਨਾਂ ਦਾ ਨਾਮ ਭਾਈ ਆੜਤ ਹੈ। ਆੜਤ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਕੁਝ ਬੇਨਤੀਆਂ ਕਰ ਰਹੇ ਹਨ। ਬੜੀ ਸੁੰਦਰ ਕਥਾ ਹੈ, ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆੜਤ ਸੋਇਨੀ ਸਿੱਖ ਚੱਲ ਆਇਓ। ਆੜਤ ਨਾਮ ਹੈ, ਸੋਇਨੀ ਜਾਤੀ ਹੈ ਖੱਤਰੀਆਂ ਦੀ। ਤੋ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਇਹ ਸਿੱਖ ਬੜੀ ਸ਼ਰਧਾ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ ਹੈ। ਸਤਿਗੁਰ ਅੱਗੇ ਸੀਸ ਨਿਵਾਇਓ। ਸਤਿਗੁਰਾਂ ਦੇ ਅੱਗੇ ਚਰਨਾਂ ਵਿੱਚ ਆ ਕੇ ਆਪਣਾ ਸਿਰ ਝੁਕਾ ਕੇ ਮਸਤਕ ਧਰਤੀ ਨੂੰ ਲਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਭਾਵਨਾ ਨਾਲ ਸ਼ਰਧਾ ਨਾਲ ਮੱਥਾ ਟੇਕਿਆ ਹੈ। ਹੱਥ ਜੋੜ ਅਰਦਾਸ ਉਚਾਰੀ। ਭਾਈ ਆੜਤ ਸੋਇਨੀ ਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕੀ ਬੇਨਤੀ ਕੀਤੀ ਹੈ। ਬ੍ਰਿਤ ਹਮਾਰੀ ਸ਼ਸਤਰਨ ਧਾਰੀ। ਇਹ ਸੱਚੇ ਪਾਤਸ਼ਾਹ, ਸਾਡੀ ਬਿਰਤੀ ਕੀ ਹੈ, ਸਾਡਾ ਸੁਭਾਅ ਕੀ ਹੈ? ਅਸੀਂ ਸ਼ਸਤਰ ਧਾਰੀ ਹਾਂ। ਸਮੇਂ ਦੀ ਹਕੂਮਤ ਦੀਆਂ ਫੌਜਾਂ ਵਿੱਚ ਆਪਣੇ ਘਰ ਦਾ ਰੋਜ਼ੀ ਰੁਜ਼ਗਾਰ ਚਲਾਉਣ ਵਾਸਤੇ ਨੌਕਰੀ ਕਰਦੇ ਹਾਂ, ਔਰ ਫੌਜਾਂ ਵਿੱਚ ਰਹਿ ਕੇ ਸਾਨੂੰ ਸ਼ਸਤਰਧਾਰੀ ਬਣ ਕੇ ਰਹਿਣਾ ਪੈਂਦਾ ਹੈ। ਜਿੱਥੇ ਕੋਈ ਜੰਗ ਯੁੱਧ ਆ ਬਣੇ ਉੱਥੇ ਜਾ ਕੇ ਜੂਝਣਾ ਵੀ ਪੈਂਦਾ ਹੈ। ਆਪਣੇ ਮਾਲਕ, ਆਪਣੇ ਹਾਕਮ ਦੀ ਤਰਫਦਾਰੀ ਕਰਦਿਆਂ ਉਸ ਉੱਤੇ ਜੋ ਵੀ ਉਹਦਾ ਕੋਈ ਦੁਸ਼ਮਣ ਫੌਜਾਂ ਲੈ ਕੇ ਚੜ੍ਹ ਕੇ ਆਉਂਦਾ, ਉਸ ਨਾਲ ਸਾਨੂੰ ਮੁਕਾਬਲਾ ਕਰਕੇ ਯੁੱਧ ਕਰਨਾ ਪੈਂਦਾ ਹੈ। ਇਸ ਕਰਕੇ ਸਾਡੀ ਜਿਹੜੀ ਮਹਾਰਾਜ ਕਿਰਤ ਕਹਿ ਲਓ ਜਾਂ ਸਾਡਾ ਕਰਮ ਜੋ ਹੈ, ਉਹ ਅਸੀਂ ਸ਼ਸਤਰਧਾਰੀ ਹਾਂ, ਸ਼ਸਤਰ ਰੱਖਦੇ ਹਾਂ ਹਮੇਸ਼ਾ ਹੀ, ਔਰ ਜੰਗ ਯੁੱਧ ਵਾਸਤੇ ਹਮੇਸ਼ਾ ਤਿਆਰ ਰਹੀਦਾ ਹੈ, ਔਰ ਬਾਦਸ਼ਾਹ ਦੀ ਫੌਜ ਵਿੱਚ ਅਸੀਂ ਨੌਕਰੀ ਕਰਦੇ ਹਾਂ। ਉਧਾਰ ਹਮਰੋ ਹੋਏ ਜਾਏ। ਜਿਵੇਂ ਸਾਡਾ ਵੀ ਉਧਾਰ ਹੋ ਜਾਏ, ਅਸੀਂ ਵੀ ਚਾਹੁੰਦੇ ਹਾਂ ਕਿ ਗਰੀਬ ਨਵਾਜ ਮਨੁੱਖਾ ਜੀਵਨ ਮਿਲਿਆ, ਬਾਰ ਬਾਰ ਨਹੀਂ ਮਿਲਦਾ। ਇਸ ਮਨੁੱਖਾ ਸਰੀਰ ਨੂੰ, ਤਨ ਨੂੰ, ਦੇਹ ਨੂੰ ਪਾ ਕੇ ਇਹ ਮਨੁੱਖਾ ਜੀਵਨ ਵੀ ਸਾਡਾ ਸਫਲ ਹੋ ਜਾਏ, ਸਾਡਾ ਵੀ ਉਧਾਰ ਹੋ ਜਾਏ। ਉਧਾਰ ਦਾ ਮਤਲਬ ਹੁੰਦਾ ਨਰਕਾਂ ਵਿੱਚ ਨਾ ਜਾ ਕੇ ਪਈਏ, ਜਾਂ ਬਾਰ ਬਾਰ ਜੰਮਦੇ ਮਰਦੇ ਨਾ ਰਹੀਏ, 84 ਲੱਖ ਜੂਨਾਂ ਵਿੱਚ ਨਾ ਦੁਬਾਰਾ ਦੁਬਾਰਾ ਜਾਣਾ ਪਵੇ, 84 ਲੱਖ ਜੂਨਾਂ ਭੋਗ ਭੋਗ ਕੇ ਫਿਰ ਕਿਤੇ ਮਨੁੱਖਾ ਦੇਹ ਮਿਲੀ, ਗੁਰੂ ਦੀ ਕਿਰਪਾ ਪਰਮੇਸ਼ਰ ਦੀ ਰਹਿਮਤ ਦੇ ਨਾਲ 84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇ ਹੀ ਉੱਤਮ ਮਨੁੱਖਾ ਦੇਹ ਮਿਲੀ ਹੈ। ਸੱਚੇ ਪਾਤਸ਼ਾਹ, ਇਹਦੀ ਵੀ ਕਲਿਆਣ ਵਾਸਤੇ, ਇਹਦੇ ਵੀ ਉਧਾਰ ਵਾਸਤੇ ਕੋਈ ਸੱਚੇ ਪਾਤਸ਼ਾਹ ਸਾਨੂੰ ਵੀ ਉਪਦੇਸ਼ ਦੇਣਾ ਕਰੋ। ਕਿਰਪਾ ਕਰੋ ਉਪਦੇਸ਼ ਬਤਾਏ। ਕਿਰਪਾ ਕਰਕੇ ਕੋਈ ਸੌਖਾ ਜਿਹਾ ਉਪਦੇਸ਼ ਦੱਸ ਦਿਓ। ਅਸੀਂ ਸੇਵਾ ਵੀ ਨਹੀਂ ਕਰ ਸਕਦੇ, ਦਾਨ ਵੀ ਨਹੀਂ ਕਰ ਸਕਦੇ, ਬਹੁਤਾ ਨਾਮ ਵੀ ਨਹੀਂ ਜਪ ਸਕਦੇ, ਕੋਈ ਸੌਖਾ ਜਿਹਾ ਰਸਤਾ ਦੱਸ ਦਿਓ। ਜਿਹੜਾ ਬੰਦਾ ਔਖਾ ਕੰਮ ਨਹੀਂ ਕਰ ਸਕਦਾ,
ਸਿਆਣੇ ਪੁਰਸ਼ ਉਸ ਨੂੰ ਸੌਖਾ ਕੰਮ ਦੱਸ ਦਿੰਦੇ ਆ ਕਿ ਭਾਈ ਜਿਹੜੇ ਤੇਰੇ ਤੋਂ ਆਹ ਨਹੀਂ ਹੁੰਦਾ ਆਹ ਕਰ ਲੈ, ਜਿਵੇਂ ਵੀ ਤੂੰ ਕਰ ਸਕਦਾ ਸੌਖੇ ਤੋਂ ਸੌਖਾ ਕਰ ਸਕਦਾ। ਉਸ ਲਈ ਜੁਗਤੀ ਦੱਸੀ ਜਾਂਦੀ ਹੈ, ਉਸ ਲਈ ਸਾਰਾ ਉਸ ਲਈ ਰਸਤਾ ਖੋਲ੍ਹਿਆ ਜਾਂਦਾ ਹੈ। ਇਸ ਕਰਕੇ ਮਹਾਰਾਜ ਸਾਨੂੰ ਵੀ ਐਸਾ ਉਪਦੇਸ਼ ਦੇ ਦਿਓ, ਸੁਖੈਨ ਉਪਦੇਸ਼ ਹੋਵੇ, ਸੌਖਾ ਹੀ ਕਮਾ ਲਈਏ ਆਪ ਜੀ ਦਾ। ਸ੍ਰੀ ਅਰਜਨ ਤਬ ਸਮਤ ਬਤਾਈ। ਧੰਨ ਗੁਰੂ ਅਰਜਨ ਦੇਵ ਜੀ, ਸੱਚੇ ਪਾਤਸ਼ਾਹ ਜੀ ਨੇ ਸਮਤ ਦੇਣ ਵਾਸਤੇ ਬੜੀ ਸੌਖੀ ਜੁਗਤੀ ਮਨੁੱਖਾ ਜੀਵਨ ਦੇ ਉਧਾਰ ਵਾਸਤੇ ਦੱਸਣਾ ਕੀਤੀ ਇਸ ਸਿੱਖ ਨੂੰ। ਧਰਮ ਜੁੱਧ ਕੀਜੈ ਧ੍ਰਿਤ ਪਾਈ। ਭਾਈ ਧੀਰਜ ਪਾ ਕੇ ਕਦੇ ਡੋਲਣਾ ਨਹੀਂ, ਡਰਨਾ ਨਹੀਂ, ਭੈ ਭੀਤ ਨਹੀਂ ਹੋਣਾ, ਜੰਗ ਵਿੱਚੋਂ ਕੈਰ ਅਤੇ ਬੁਰੇ ਦਿਲ ਬਣ ਕੇ ਨਹੀਂ ਭੱਜਣਾ। ਧਰਮ ਯੁੱਧ ਕਰਨਾ, ਧਰਮ ਦਾ ਯੁੱਧ ਕੀ ਹੈ ਸਾਧ ਸੰਗਤ ਜੀ? ਧਰਮ ਦੇ ਅਸੂਲਾਂ ਦੀ ਰੱਖਿਆ ਵਾਸਤੇ, ਗਊ ਗਰੀਬ ਦੀ ਮਜ਼ਲੂਮ ਦੀ ਰੱਖਿਆ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਧਰਮ ਦੀ ਰੱਖਿਆ ਵਾਸਤੇ ਜੋ ਜੰਗ ਕੀਤਾ ਜਾਂਦਾ ਉਸ ਨੂੰ ਧਰਮ ਯੁੱਧ ਕਿਹਾ ਜਾਂਦਾ ਹੈ। ਜੇ ਕੋਈ ਬੰਦਾ ਆਪਣੀ ਪਦਵੀ ਵਾਸਤੇ ਜੰਗ ਕਰਦਾ, ਕਿਸੇ ਮਾਇਆ ਦੇ ਲਾਲਚ ਵਾਸਤੇ ਜੰਗ ਕਰਦਾ, ਜ਼ਮੀਨ ਜਾਇਦਾਦ ਲਈ ਜੰਗ ਕਰਦਾ, ਜਾਂ ਆਪਣੀਆਂ ਨਿੱਜੀ ਲੋੜਾਂ ਲਾਲਸਾਵਾਂ ਦੀ ਪੂਰਤੀ ਵਾਸਤੇ ਲੋਕਾਂ ਨਾਲ ਲੜਦਾ ਝਗੜਦਾ ਹੈ, ਉਹ ਧਰਮ ਯੁੱਧ ਨਹੀਂ ਅਖਵਾਉਂਦਾ ਹੈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਹੈ, ਹੰਕਾਰ ਮੋਏ ਸੇ ਬੇਗਤੀ ਗਏ, ਮਰ ਜਨਮੈ ਆਵੇ ਜਾਵੇ, ਸੂਰੇ ਇਹ ਨਾ ਆਖੀਆਂ। ਮਹਾਰਾਜ ਕਹਿੰਦੇ ਉਹ ਸੂਰਮੇ ਨਹੀਂ ਕਹਿਦੇ ਜਿਹੜੇ ਕੇਵਲ ਆਪਣੇ ਹੰਕਾਰ ਦੀ ਪੂਰਤੀ ਵਾਸਤੇ ਨਿੱਜੀ ਲੜਾਈਆਂ ਝਗੜਿਆਂ ਦੇ ਵਿੱਚ ਮਰ ਖੱਪ ਕੇ ਲੋਕਾਂ ਨਾਲ ਝਗੜੇ ਜੰਗ ਕਰਦੇ, ਉਹਨਾਂ ਨੂੰ ਸੂਰਮੇ ਨਹੀਂ ਕਹੀਦਾ। ਸੂਰਮਾ ਉਹੀ ਹੈ ਜਿਹੜਾ ਨਿਰੋਲ ਧਰਮ ਦਾ ਯੁੱਧ ਕਰਦਾ, ਦੁਨੀਆਂ ਦੀ ਕੋਈ ਲਾਲਸਾ ਨਹੀਂ ਮਨ ਵਿੱਚ ਰੱਖਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਧਰਮ ਯੁੱਧ ਕਰਨਾ ਔਰ ਯੁੱਧ ਦੇ ਵਿੱਚ ਧੀਰਜ ਨੂੰ ਧਾਰਨ ਕਰਕੇ ਰੱਖਣਾ, ਕਦੇ ਡੋਲਣਾ ਨਹੀਂ, ਘਬਰਾਉਣਾ ਨਹੀਂ ਹੈ। ਰਣ ਕਰਤੇ ਪ੍ਰਭ ਸੋ ਰੱਖ ਧਿਆਨ। ਦੂਜਾ, ਧਰਮ ਯੁੱਧ ਦੇ ਵਿੱਚ ਧਿਆਨ ਕਿੱਥੇ ਰੱਖਣਾ? ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਮਨ ਜੋੜ ਕੇ ਰੱਖਣਾ। ਦਸਮ ਪਿਤਾ ਜੀ ਨੇ ਕਿਹਾ ਹੈ, ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਉਹ ਸੂਰਮੇ ਦਾ ਧਨਤਾ ਦੇ ਯੋਗ ਜੀਵਨ ਹੈ ਜਿਹੜਾ ਮੁੱਖ ਵਿੱਚ ਵਾਹਿਗੁਰੂ ਨਾਮ ਜਪਦਾ ਔਰ ਆਪਣੀਆਂ ਬਾਹਾਂ ਦੇ ਬਾਜੂਆਂ ਦੇ ਬਲ ਨਾਲ ਵੈਰੀ ਨਾਲ ਸ਼ਸਤਰਾਂ ਦੁਆਰਾ ਜੰਗ ਲੜਦਾ, ਰਸਨਾ ਨਾਮ ਵਿੱਚ ਭਜਨ ਵਿੱਚ ਜੋੜ ਕੇ ਜਾਪ ਵਿੱਚ ਨਾਮ ਦੇ ਵਿੱਚ ਜੋੜ ਕੇ ਰੱਖਦਾ ਹੈ, ਉਹ ਸੂਰਮਾ ਧੰਤਾ ਦੇ ਯੋਗ ਹੈ, ਪੂਜਨ ਯੋਗ ਹੈ। ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਹ ਬਚਨ ਆਪਣੀ ਰਸਨਾ ਤੋਂ ਕਿਹਾ ਕਰਦੇ ਸਨ। ਕਹਿੰਦੇ ਭਾਈ ਜਦੋਂ ਅਨੰਦਪੁਰ ਸਾਹਿਬ ਦੇ ਯੁੱਧ ਹੋਏ, ਕਈ ਵਾਰੀ ਖਾਲਸੇ ਨੂੰ ਸਤਿਗੁਰੂ ਜੀ ਦੀ ਆਗਿਆ ਵਿੱਚ ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ, ਕਈ ਕਈ ਦਿਨ ਜੰਗ ਯੁੱਧ ਕਰਨੇ ਪੈਂਦੇ ਸਨ। ਜੰਗ ਤਾਂ ਸਾਧ ਸਿੰਘ ਜੀ ਬੰਦਾ ਘੰਟਾ ਨਹੀਂ ਕਰ ਸਕਦਾ, ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ ਜੰਗ ਹੀ ਕਰੀ ਜਾਣਾ, ਵੈਰੀਆਂ ਨਾਲ ਲੜਨਾ। ਫਿਰ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਬਾਅਦ ਦੇਖ ਲਓ, ਜਦੋਂ
1704 ਈਸਵੀ ਨੂੰ 6 ਔਰ 7 ਪੋਹ ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਆਨੰਦਗੜ੍ਹ ਕਿਲ੍ਹਾ ਛੱਡਿਆ। ਉਦੋਂ ਸਾਰੀ ਰਾਤ ਯੁੱਧ ਹੁੰਦਾ ਹੀ ਆਇਆ ਰਸਤੇ ਵਿੱਚ, ਔਰ ਸਰਸਾ ਨਦੀ ਦੇ ਕਿਨਾਰੇ 'ਤੇ ਅੱਧੇ ਸਿੰਘਾਂ ਦੀ ਡਿਊਟੀ ਲਾਈ, ਤੁਸੀਂ ਯੁੱਧ ਕਰੋ, ਅੱਧਿਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਦੀਵਾਨ ਸਜਾ ਦਿੱਤਾ। ਔਰ ਸੂਰਜ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ, ਪੋਹ ਦੀਆਂ ਰਾਤਾਂ ਹਨ, ਬਰਫ਼ ਪੈ ਰਹੀ ਹੈ, ਕਿੰਨਾ ਭਿਆਨਕ ਸਮਾਂ। ਉੱਤੋਂ ਸਾਧ ਸਿੰਘ ਜੀ, ਵਰਖਾ ਵੀ ਬੜੇ ਜ਼ੋਰ ਦੀ ਪੈ ਰਹੀ ਹੈ, ਚਾਰੇ ਪਾਸੇ ਸੀਤ ਪਸਰੀ ਹੋਈ ਹੈ, ਪਰ ਆਸਾ ਜੀ ਦੀ ਵਾਰ ਦਾ ਕੀਰਤਨ ਸਮਾਪਤ ਹੋਣ ਤੋਂ ਬਾਅਦ ਸਾਧ ਸੰਗਤ ਜੀ ਸਰਸਾ ਨਦੀ ਪਾਰ ਕੀਤੀ। ਉਹ ਵੀ ਸਰਸਾ ਨਦੀ ਦੇ ਵਿੱਚ ਵੀ ਕੰਢਿਆਂ ਤੋਂ ਬਾਹਰ ਤੱਕ ਬੜੀ ਜ਼ੋਰ ਦਾ ਪਾਣੀ ਵਗ ਰਿਹਾ ਹੈ, ਜਿਹਦੇ ਵਿੱਚ ਉਸ ਦਰਿਆ ਦੇ ਵਹਿਣ ਵਿੱਚ ਸਿੰਘ ਵੀ ਖਾਲਸਾ ਵੀ ਬਹੁਤ ਸਿੰਘ ਰੁੜ ਗਏ, ਇੰਨਾ ਜ਼ੋਰ ਦੀ ਪਾਣੀ ਵਗ ਰਿਹਾ ਸੀ। 40 ਕੁ ਸਿੰਘਾਂ ਨੂੰ ਹਜ਼ੂਰ ਨਾਲ ਲੈ ਕੇ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚ ਜਾਂਦੇ ਹੈ। ਜਾਂਦਿਆਂ ਕਿਹੜਾ ਉੱਥੇ ਸਾਧ ਸੰਗਤ ਜੀ ਮਖਮਲੀ ਸੇਜਾਂ ਵਿਛੀਆਂ ਹੋਈਆਂ ਸਨ ਜਾਂ ਪਲੰਘ ਲੱਗੇ ਹੋਏ ਸਨ, ਫੌਜਾਂ ਮਗਰੀ ਮਗਰ ਆ ਰਹੀਆਂ ਸਨ ਹਮਲਾਵਰ ਬਣ ਕੇ। ਜਾਂਦਿਆਂ ਮੋਰਚੇ ਬੰਦੀ ਕਰਕੇ ਕੱਚੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸਾਰੀ ਰਾਤ, ਸਾਰਾ ਦਿਨ, 7 ਪੋਹ ਦਾ ਸਾਰਾ ਦਿਨ, ਸਾਰੀ ਰਾਤ, 8 ਪੋਹ ਦਾ ਸਾਰਾ ਦਿਨ ਬੜਾ ਭਾਰੀ ਯੁੱਧ ਹੋਇਆ। ਵੱਡੇ ਸਾਹਿਬਜ਼ਾਦਿਆਂ ਦੀ 5 ਪਿਆਰਿਆਂ ਵਿੱਚੋਂ ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ ਦੀਆਂ ਸ਼ਹੀਦੀਆਂ ਹੋ ਜਾਂਦੀਆਂ। ਐਸੇ ਐਸੇ ਭਿਆਨਕ ਯੁੱਧ ਖਾਲਸੇ ਨੇ ਕੀਤੇ। ਫਿਰ ਮੁਕਤਸਰ ਸਾਹਿਬ ਜੀ ਦਾ ਜੰਗ ਹੋਇਆ। ਇਸ ਤੋਂ ਇਲਾਵਾ ਖਾਲਸਾ ਫਿਰ ਸਾਧ ਸਿੰਘ ਜੀ 17ਵੀਂ 18ਵੀਂ ਸਦੀ ਦੇ ਵਿੱਚ ਵੀ ਜੰਗ ਲੜਦਾ ਹੀ ਰਿਹਾ। ਕਾਨੂੰਬਾਣ ਦੇ ਸ਼ੰਭ ਵਿੱਚ ਘੇਰਾ ਪੈ ਗਿਆ, ਜਿਸ ਨੂੰ ਛੋਟਾ ਘੱਲੂ ਘਾਰਾ ਕਿਹਾ ਜਾਂਦਾ ਹੈ। 14 ਤੋਂ ਲੈ ਕੇ 17,000 ਦੇ ਵਿੱਚ ਸਿੰਘਾਂ ਦੀ ਸ਼ਹਾਦਤ ਹੋ ਜਾਂਦੀ। ਕਈ ਦਿਨ ਲਗਾਤਾਰ ਛੰਭ ਵਿੱਚ ਸਿੰਘਾਂ ਦਾ ਮੁਗਲਾਂ ਨਾਲ, ਜਸਪਤ ਅਤੇ ਲਖਪਤ ਰਾਏ ਦੀਆਂ ਫੌਜਾਂ ਨਾਲ ਜੰਗ ਹੁੰਦਾ ਰਿਹਾ। ਕਾਨੂੰਬਾਣ ਦੇ ਛੰਭ ਨੂੰ ਅੱਗ ਲਾ ਦਿੱਤੀ ਗਈ ਕਿ ਜਿਉਂਦਿਆਂ ਨੂੰ ਸਾੜ ਦਿਓ, ਅੱਗੇ ਦਰਿਆ ਹੈ, ਪਿੱਛੇ ਅੱਗ ਲੱਗੀ ਹੋਈ ਹੈ। ਪਰ ਖਾਲਸਾ ਉਸ ਛੰਭ ਦੇ ਵਿੱਚੋਂ ਕਿਵੇਂ ਨਾ ਕਿਵੇਂ ਸਾਧ ਸਿੰਘ ਜੀ ਜੰਗ ਲੜਦਾ ਦਰਿਆ ਪਾਰ ਕਰਕੇ ਕੁੱਪਰ ਹੀੜੇ ਦੇ ਮੈਦਾਨ ਵੱਲ ਨੂੰ ਤੁਰ ਪੈਂਦਾ। ਕਿੰਨਾ ਭਿਆਨਕ ਸਮਾਂ ਸੀ, ਕਿੰਨੇ ਯੁੱਧ ਦੇ ਦੌਰ ਸਨ। ਲਗਾਤਾਰ ਕਈ ਰਾਤਾਂ, ਕਈ ਦਿਨ ਯੁੱਧ, ਫਿਰ ਭੁੱਖੇ ਭਾਣੇ ਗੁਰੂ ਕੇ ਸਿੱਖ ਪਿਆਸੇ, ਕੋਈ ਅੱਗੇ ਉਹਨਾਂ ਪਾਸ ਲੰਗਰ ਛਕਣ ਦੇ ਸਾਧਨ ਨਹੀਂ, ਕੋਈ ਪਾਣੀ ਪਿਆਉਣ ਵਾਲਾ ਨਹੀਂ, ਕਿੰਨੀਆਂ ਮੁਸੀਬਤਾਂ ਕੱਟੀਆਂ। ਮਹਾਂਪੁਰਖ ਕਹਿੰਦੇ ਭਾਈ ਖਾਲਸੇ ਕੋਲੇ ਇੱਕੋ ਹੀ ਸ਼ਕਤੀ ਸੀ। ਜਦੋਂ ਸਿੰਘ ਜੰਗ ਵਿੱਚ ਜੂਝਦੇ ਸਨ, ਸੱਜਾ ਕਦਮ ਜਦੋਂ ਅੱਗੇ ਰੱਖਦੇ ਸਨ, ਤਾਂ ਵੀ ਜਮਾਨ ਨਾਲ ਵਾਹਿਗੁਰੂ ਆਖਦੇ ਸਨ। ਖੱਬਾ ਕਦਮ ਅੱਗੇ ਕਰਕੇ ਜਦੋਂ ਵੈਰੀ 'ਤੇ ਵਾਰ ਕਰਦੇ ਸਨ, ਫਿਰ ਵੀ ਵਾਹਿਗੁਰੂ। ਸੱਜੇ ਪੈਰ ਚੁੱਕਣ ਵੇਲੇ ਵੀ ਵਾਹਿਗੁਰੂ, ਖੱਬਾ ਪੈਰ ਚੁੱਕਣ ਵੇਲੇ ਵੀ ਵਾਹਿਗੁਰੂ। ਕਹਿੰਦੇ ਇਸ ਵਾਹਿਗੁਰੂ ਨਾਮ ਦੀ ਸ਼ਕਤੀ ਨੇ ਖਾਲਸੇ ਨੂੰ ਵੱਡੇ ਵੱਡੇ ਜ਼ਾਲਮਾਂ ਨਾਲ ਜੰਗ ਲੜਨ ਦੀ ਸ਼ਕਤੀ ਦਿੱਤੀ, ਬਲ ਦਿੱਤਾ, ਤਾਕਤ ਦਿੱਤੀ, ਸਮਰੱਥਾ ਦਿੱਤੀ।
ਕੇਵਲ ਇਹ ਨਾਮ ਦੀ ਸ਼ਕਤੀ ਨਾਲ ਖਾਲਸਾ ਵੱਡੇ ਵੱਡੇ ਜੰਗਾਂ ਦੇ ਵਿੱਚ ਜੂਝਦਾ ਰਿਹਾ। ਇੱਥੇ ਵੀ ਸਤਿਗੁਰੂ ਜੀ ਬਚਨ ਕਰ ਰਹੇ ਹੈ, ਇਹ ਸ਼ੁਭ ਸਿੱਖਿਆ ਸਤਿਗੁਰਾਂ ਦੀ ਦਿੱਤੀ ਹੋਈ ਹੈ, ਜਿਨ੍ਹਾਂ ਨੂੰ ਜਿਹੜੀ ਗੁਰਸਿੱਖਾਂ ਨੇ ਸੂਰਮਿਆਂ ਨੇ ਕਮਾਈ ਕਿ ਰਣ ਕਰਤੇ ਪ੍ਰਭ ਸੂੰ ਰੱਖ ਧਿਆਨ। ਧਰਮ ਦਾ ਯੁੱਧ ਕਰਦਿਆਂ ਆਪਣਾ ਧਿਆਨ, ਆਪਣੀ ਸੁਰਤ, ਆਪਣਾ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਕੇ ਰੱਖਣਾ ਹੈ, ਭਾਵ ਨਾਮ ਜਪਣਾ ਹੈ। ਤਨ ਜੀਉ ਤਿਹਕੋ ਜਗ ਮੈਂ ਮੁਖ ਤੇ ਹਾਰ, ਚਿੱਤ ਮੈਂ ਯੁੱਧ ਵਿਚਾਰੈ, ਮੁਖ ਵਿੱਚ ਪਰਮੇਸ਼ਰ ਦਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਉਹ ਗੁਰਮੁਖ ਐਸੇ ਜਿਹੜੇ ਧਰਮੀ ਗੁਰਸਿੱਖ ਯੋਧੇ ਸਨ, ਉਹ ਜੰਗ ਕਰਿਆ ਕਰਦੇ ਸਨ। ਇੱਥੇ ਵੀ ਸਤਿਗੁਰੂ ਦੀ ਆਗਿਆ ਦੇ ਰਹੇ ਹੈ ਕਿ ਭਾਈ ਜੰਗ ਕਰਦਿਆਂ ਕਰਦਿਆਂ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਰੱਖਣਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਜਦੋਂ ਕਿਸੇ ਮੋਰਚੇ 'ਤੇ ਧਰਮ ਦੀ ਖਾਤਰ ਸਿੰਘਾਂ ਨੂੰ ਭੇਜਦੇ ਸਨ, ਉਦੋਂ ਬਚਨ ਕਿਹਾ ਕਰਦੇ ਸਨ, ਭਾਈ ਅਰਦਾਸ ਕਰਕੇ ਤੁਰਨਾ ਔਰ ਰਸਤੇ ਵਿੱਚ ਚੌਪਈ ਸਾਹਿਬ ਦੇ ਪਾਠ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਪਾਠ ਕਰਦਿਆਂ ਜਾਣਾ ਔਰ ਮੋਰਚਾ ਫਤਿਹ ਕਰਨ ਵੇਲੇ ਵੀ ਬਾਣੀ ਪੜ੍ਹਦੇ ਰਹਿਣਾ ਔਰ ਮੋਰਚਾ ਫਤਿਹ ਹੋਣ ਤੋਂ ਬਾਅਦ ਵੀ ਬਾਣੀ ਪੜ੍ਹਦਿਆਂ ਵਾਪਸ ਆਉਣਾ। ਇਹ ਮਹਾਂਪੁਰਖ ਖਾਸ ਤਾਗੀਦ ਸਿੰਘਾਂ ਨੂੰ ਕਰਿਆ ਕਰਦੇ ਸਨ। ਸੋ ਇਸ ਕਰਕੇ ਜੰਗ ਕਰਦਿਆਂ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ, ਪ੍ਰਭੂ ਪਰਮੇਸ਼ਰ ਦੇ ਚਰਨਾਂ ਵਿੱਚ ਆਪਣਾ ਭਾਈ ਧਿਆਨ, ਆਪਣੀ ਸੁਰਤ, ਆਪਣਾ ਮਨ ਜੋੜ ਕੇ ਰੱਖਣਾ, ਭਾਵ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣਾ ਹੈ। ਲਰੇ ਬਿਸ਼ਨ ਜਿਮ ਸਾਰੰਗ ਪਾਨ, ਕਿਉਂਕਿ ਇਹ ਪ੍ਰਮਾਣ ਇੱਥੇ ਭਗਵਾਨ ਵਿਸ਼ਨੂੰ ਜੀ ਦਾ ਕਿਉਂ ਦੇ ਰਹੇ ਹੈ, ਉਦੋਂ ਅਜੇ ਛੇਵੇਂ ਪਾਤਸ਼ਾਹ ਦਾ ਸਰੂਪ ਧਾਰਨ ਕਰਕੇ ਸਤਿਗੁਰਾਂ ਨੇ ਗੁਰੂ ਘਰ ਵਿੱਚ ਜੰਗ ਯੁੱਧ ਨਹੀਂ ਸ਼ੁਰੂ ਕੀਤੇ ਸਨ। ਇਹ ਤਾਂ ਪ੍ਰਮਾਣ ਸਤਿਗੁਰੂ ਜੀ ਦਿੰਦੇ ਆ, ਕਹਿੰਦੇ ਜਿਵੇਂ ਭਗਵਾਨ ਵਿਸ਼ਨੂੰ ਨੇ ਹੱਥ ਵਿੱਚ ਸਾਰੰਗ ਪਾਣ ਦਾ ਅਰਥ ਹੁੰਦਾ ਧਨਕ, ਸਾਰੰਗ ਦਾ ਅਰਥ ਹੁੰਦਾ ਧਨਕ, ਧਨਕ ਲੈ ਕੇ ਪਾਨ ਹੱਥਾਂ ਦੇ ਵਿੱਚ ਅਸਰੁਨ ਗਨਕੋ ਕੀਨ ਸੰਘਾਰ, ਵੱਡੇ ਵੱਡੇ ਰਾਕਸ਼ਾਂ ਦਾ ਸੰਘਾਰ ਕੀਤਾ, ਉਹਨਾਂ ਨੂੰ ਮਾਰਿਆ। ਬੜੇ ਭਾਰੀ ਭਗਵਾਨ ਵਿਸ਼ਨੂੰ ਜੀ ਨੇ ਯੁੱਧ ਕੀਤੇ ਸਨ ਧਨਖ ਅਤੇ ਤੀਰਾਂ ਦੇ ਨਾਲ। ਗਦਾ ਪਾਣ ਕੋ ਤਬ ਉਰ ਧਾਰ, ਭਗਵਾਨ ਵਿਸ਼ਨੂੰ ਨੂੰ ਸਾਰੰਗ ਪਾਣ ਕਿਉਂ ਕਿਹਾ ਜਾਂਦਾ ਕਿ ਉਹਨਾਂ ਨੇ ਧਨਖ ਹੱਥ ਵਿੱਚ ਲੈ ਕੇ ਜੰਗ ਕੀਤਾ। ਸਾਰੰਗ ਪਾਣ ਉਹਨਾਂ ਦਾ ਇੱਕ ਨਾਮ ਹੈ, ਦੂਜਾ ਉਹਨਾਂ ਦਾ ਨਾਮ ਗਦਾਧਾਰੀ ਵੀ ਹੈ। ਗਦਾਧਾਰੀ ਕਿਉਂ ਹੈ ਕਿ ਉਹਨਾਂ ਨੇ ਜੰਗ ਯੁੱਧ ਕਰਦਿਆਂ ਹੋਇਆਂ ਆਪਣੇ ਹੱਥਾਂ ਵਿੱਚ ਗਦਾ ਲੈ ਕੇ ਵਾਇਰ ਵੈਰੀਆਂ ਨਾਲ ਜੰਗ ਕੀਤੇ ਸਨ, ਇਸ ਕਰਕੇ ਉਹਨਾਂ ਨੂੰ ਗਦਾ ਪਾਣ ਵੀ ਕਿਹਾ ਜਾਂਦਾ। ਮਹਾਰਾਜ ਜੀ ਦਾ ਪ੍ਰਮਾਣ ਦੇਣ ਦਾ ਮਤਲਬ ਕੀ ਹੈ, ਇਸ ਵਿਚਾਰ ਨੂੰ ਸਮਝੀਏ। ਸਤਿਗੁਰੂ ਜੀ ਦਾ ਪ੍ਰਮਾਣ ਦੇਣ ਦਾ ਮਤਲਬ ਇਹ ਹੈ ਕਿ ਗੁਰਸਿੱਖੋ, ਇਕੱਲੇ ਤੁਸੀਂ ਨਹੀਂ ਸ਼ਸਤਰ ਚੁੱਕਣੇ, ਤੁਹਾਡੇ 'ਤੇ ਕੋਈ ਸਵਾਲ ਕਰ ਦੇਵੇ ਕਿ ਗੁਰੂ ਸਾਹਿਬ ਨੇ ਚੰਗਾ ਸਿੱਖਾਂ ਨੂੰ ਰਸਤਾ ਦਿੱਤਾ, ਜੰਗ ਕਰਨ ਲਈ ਹਥਿਆਰ ਚੁਕਾ ਦਿੱਤੇ। ਮਹਾਰਾਜ ਕਹਿੰਦੇ ਹਥਿਆਰ ਸਮੇਂ ਦੇ ਅਵਤਾਰਾਂ ਨੂੰ ਵੀ ਚੁੱਕਣੇ ਪਏ, ਭਗਵਾਨ ਵਿਸ਼ਨੂੰ ਨੂੰ ਵੀ ਹਥਿਆਰ ਚੁੱਕਣੇ ਪਏ, ਰਾਮ ਨੂੰ ਵੀ, ਕ੍ਰਿਸ਼ਨ ਨੂੰ ਵੀ, ਸਾਰੇ ਅਵਤਾਰਾਂ ਨੂੰ ਸ਼ਸਤਰ ਚੁੱਕਣੇ ਪਏ ਜੰਗ ਲੜਨ ਵਾਸਤੇ। ਇਸ ਕਰਕੇ ਜੇ ਕੋਈ ਤੁਹਾਡੇ 'ਤੇ ਸਵਾਲ ਕਰੇ ਵੀ ਤੁਸੀਂ ਕਿਉਂ ਹਥਿਆਰ ਚੁੱਕੇ ਹੈ ਜੰਗ ਯੁੱਧ ਕਰਨ ਵਾਸਤੇ,
ਤਾਂ ਸਤਿਗੁਰੂ ਜੀ ਦਾ ਤਾਤ ਪਰ ਜੇ ਹੈ ਕਹਿਣ ਦਾ ਕਿ ਗੁਰਸਿੱਖੋ ਵੱਡੇ ਵੱਡੇ ਜ਼ੁਲਮ ਦਾ ਨਾਸ਼ ਕਰਨ ਵਾਸਤੇ, ਵੈਰੀਆਂ ਨਾਲ ਮੁਕਾਬਲਾ ਕਰਨ ਵਾਸਤੇ ਸਤਿਯੁਗ ਤੋਂ ਲੈ ਕੇ ਦੁਆਪਰ ਯੁੱਗ ਤੱਕ ਸਮੇਂ ਦੇ ਅਵਤਾਰ ਵੀ ਜੰਗ ਯੁੱਧ ਕਰਦੇ ਰਹੇ ਔਰ ਸ਼ਸਤਰ ਚੁੱਕ ਕੇ ਲੜਦੇ ਰਹੇ। ਇਸ ਕਰਕੇ ਜੇ ਤੁਸੀਂ ਚੁੱਕ ਲਏ ਫਿਰ ਕਿਹੜਾ ਕੋਈ ਗੁਨਾਹ ਹੋ ਗਿਆ। ਸਾਧ ਸੰਗਤ ਜੀ, ਸ਼ਸਤਰ ਲੋੜ ਅਤੇ ਸਮੇਂ ਅਨੁਸਾਰ ਇਹ ਚੁੱਕਣੇ ਹੀ ਪੈਂਦੇ ਹੈ। ਸ਼ਸਤਰਾਂ ਤੋਂ ਬਿਨਾਂ ਮੂਰਖ ਲੋਕ ਜਿਹੜੇ ਜ਼ਾਲਮ ਕਿਸਮ ਦੀ ਬਿਰਤੀ ਜਿਨ੍ਹਾਂ ਦੀ ਆ ਉਹ ਸਿੱਧੇ ਰਸਤੇ 'ਤੇ ਕਦੇ ਨਹੀਂ ਆਇਆ ਕਰਦੇ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਔਰੰਗਜ਼ੇਬ ਕੋਈ ਛੋਟਾ ਜਿਹਾ ਵਿਦਵਾਨ ਨਹੀਂ ਸੀ, 1400 ਵਿਦਵਾਨ ਆਪਣੀ ਕਚਹਿਰੀ ਵਿੱਚ ਰੱਖਦਾ ਸੀ। ਪਰ ਸਾਧ ਸੰਗਤ ਜੀ, ਜੇਕਰ ਕਹੋ ਕਿ ਵਿਦਵਾਨ ਬੰਦਾ ਮੂਰਖ ਨਹੀਂ ਹੋ ਸਕਦਾ ਤਾਂ ਰਾਵਣ ਨਾਲੋਂ ਵੱਡਾ ਵਿਦਵਾਨ ਕੌਣ ਸੀ? ਚਾਰੇ ਵੇਦ ਜ਼ੁਬਾਨੀ ਯਾਦ ਸਨ। ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਕਹਿੰਦੇ ਉਹ ਮੂਰਖ ਸੀ, ਕਿਉਂ? ਮੂਰਖਾਂ ਵਾਲੀ ਬੁਰੀ ਆਦਤ ਨੂੰ, ਹੰਕਾਰ ਨੂੰ, ਹਉਮੈ ਨੂੰ ਨਹੀਂ ਛੱਡ ਸਕਿਆ। ਹਉਮੈ ਕਰਨੀ ਮਨ ਵਿੱਚ ਹੰਕਾਰ ਕਰਨਾ, ਇਹ ਮੂਰਖ ਲੋਕਾਂ ਦਾ ਕਰਤੱਵ ਹੋਇਆ ਕਰਦਾ ਹੈ। ਸਿਆਣਾ ਪੁਰਸ਼ ਆਪਣੀ ਹਉਮੈ ਹੰਗਤਾਂ ਨੂੰ ਤਿਆਗ ਦਿੰਦਾ ਹੈ ਔਰ ਸਹੀ ਗੱਲ ਨੂੰ ਨਿਰਣੇ ਪੂਰਵਕ ਪ੍ਰਵਾਨ ਕਰ ਲੈਂਦਾ ਹੈ। ਪਰ ਮੂਰਖ ਬੰਦੇ ਨਹੀਂ ਕਦੇ ਵੀ ਪ੍ਰਵਾਨ ਕਰਦੇ, ਉਹ ਆਦਤ ਤੋਂ ਮਜਬੂਰ ਹੁੰਦੇ ਹੈ। ਜਦੋਂ ਮੂਰਖ ਬੰਦਾ ਮੂਰਖ ਮਤੀ ਵਾਲਾ ਹੱਠ ਧਾਰਨ ਕਰ ਲਵੇ ਨਾ, ਨਾ ਹਟੇ, ਫਿਰ ਉਹ ਸਾਧ ਸੰਗਤ ਜੀ ਜੋ ਉਹਦੇ ਮਨ ਵਿੱਚ ਆਉਂਦਾ ਉਹ ਕਰਕੇ ਹੀ ਹਟਦਾ। ਭਾਵੇਂ ਨਜਾਇਜ਼ ਵੀ ਹੋਵੇ ਤਾਂ ਵੀ ਉਹ ਕਰਨੋਂ ਬਾਜ ਨਹੀਂ ਆਉਂਦਾ, ਤਾਂ ਫਿਰ ਧਰਮੀ ਬੰਦੇ ਉਸ ਨੂੰ ਮਤ ਦੇਣ ਵਾਸਤੇ ਸ਼ਸਤਰ ਚੁੱਕਦੇ ਹੈ। ਸਮੇਂ ਦੇ ਹਾਕਮ ਸ਼ਾਹਜਹਾਨ ਤੋਂ ਲੈ ਕੇ ਜਿਨ੍ਹਾਂ ਨੇ ਗੁਰੂ ਘਰ 'ਤੇ ਛੋਟੀਆਂ ਛੋਟੀਆਂ ਗੱਲਾਂ ਤੋਂ ਹਮਲੇ ਕੀਤੇ, ਜੇ ਸਾਧ ਸੰਗਤ ਜੀ ਉਹ ਦਲੀਲ ਅਪੀਲ ਨਾਲ ਮੰਨਣ ਵਾਲੇ ਹੁੰਦੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨਾਂ ਨਾਲ ਜੰਗ ਕਰਨ ਦੀ ਕੀ ਲੋੜ ਸੀ? ਬੜੀ ਵੇਰੀ ਸਮਝਾਇਆ ਉਹਨਾਂ ਦੇ ਵਜ਼ੀਰਾਂ ਨੂੰ ਵੀ, ਆਏ ਅਹਿਲਕਾਰਾਂ ਨੂੰ ਵੀ, ਪਰ ਨਹੀਂ ਮੰਨੇ, ਬਾਜ ਨਹੀਂ ਆਏ। ਉਲਟਾ ਫੌਜਾਂ ਚੜ੍ਹਾਤੀਆਂ ਆਪਣੀ ਈਨ ਮਨਾਉਣ ਵਾਸਤੇ। ਜਦੋਂ ਤੁਹਾਡੇ ਘਰ 'ਤੇ ਕੋਈ ਹਮਲਾ ਕਰਨ ਹੀ ਆ ਗਿਆ ਫਿਰ ਜਵਾਬ ਦੇਣਾ ਤੁਹਾਡਾ ਧਰਮ ਹੈ। ਸਿਰ ਨੀਵਾਂ ਕਰਕੇ ਆਪਣਾ ਗਲਾ ਕਟਾ ਲੈਣਾ ਧੌਣ ਕਟਾਉਣ ਵਾਲੀ, ਇਹ ਤਾਂ ਵੀ ਕਹਿਰਾਂ ਅਤੇ ਬੁੱਝ ਦਿਲਾਂ ਦਾ ਕੰਮ ਹੈ। ਇਸ ਕਰਕੇ ਫਿਰ ਜਵਾਬ ਆਪਣੀ ਰੱਖਿਆ ਲਈ ਤਾਂ ਦੇਣਾ ਹੀ ਪੈਂਦਾ। ਜੂਨ 84 ਦੇ ਵਿੱਚ ਵੀ ਸਮੇਂ ਦੀ ਫੌਜ ਚੜ੍ਹ ਕੇ ਆਈ ਹੈ, ਉਹਨਾਂ ਨੇ ਹਮਲਾ ਕੀਤਾ। ਸੰਤ ਬਾਬਾ ਜਰਨੈਲ ਸਿੰਘ ਜੀ ਤਾਂ ਨਹੀਂ ਨਾ ਦਿੱਲੀ ਹਮਲਾ ਕਰਨ ਗਏ, ਉਲਟਾ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ। ਉਸ ਜ਼ਾਲਮ ਹਕੂਮਤ ਨੂੰ, ਆਈ ਨੂੰ, ਫੌਜ ਨੂੰ ਸਬਕ ਸਿਖਾਉਣਾ ਜਾਂ ਉਹਨਾਂ ਦੇ ਜ਼ੁਲਮ ਦਾ ਜਵਾਬ ਦੇਣਾ, ਇਹ ਤਾਂ ਧਰਮੀਆਂ ਦਾ ਫਰਜ਼ੀ ਫਰਜ਼ ਸੀ ਨਾ। ਇਸ ਕਰਕੇ ਤਾਂ ਮਹਾਰਾਜ ਜੀ ਨੇ ਪ੍ਰਮਾਣ ਦਿੱਤੇ ਹੈ ਕਿ ਭਾਈ ਸ਼ਸਤਰ ਤੁਸੀਂ ਨਹੀਂ ਚੱਕੇ ਇਕੱਲੇ। ਜੇ ਕੋਈ ਕਹੇ ਵੀ ਭਾਈ ਆੜਤ ਤੂੰ ਇਕੱਲੇ ਨੇ ਸ਼ਸਤਰ ਚੁੱਕ ਲਏ, ਮਹਾਰਾਜ ਕਹਿੰਦੇ ਸਮੇਂ ਦੇ ਅਵਤਾਰਾਂ ਨੇ ਵੀ ਸ਼ਸਤਰ ਚੁੱਕਣੇ ਪਏ ਔਰ ਸ਼ਸਤਰਧਾਰੀ ਹੋਣ ਕਰਕੇ ਉਹਨਾਂ ਦੇ ਨਾਮ ਪੈ ਗਏ। ਭਗਵਾਨ ਸ਼ਿਵ ਜੀ ਨੂੰ ਤਰਸੂਲਧਾਰੀ ਕਹਿੰਦੇ ਆ, ਕਿਉਂਕਿ ਉਹਦੇ ਕੋਲ ਉਹ ਤਿੰਨ ਫਲ ਵਾਲਾ ਸ਼ਸਤਰ ਹੈ।
ਇਸੇ ਤਰ੍ਹਾਂ ਵਿਸ਼ਨੂੰ ਜੀ ਨੂੰ ਸਾਰੰਗ ਪਾਣ ਕਿਹਾ ਜਾਂਦਾ, ਧਨਖ ਚੁੱਕਿਆ, ਸਾਰੰਗ ਨਾਮ ਧਨਖ ਦਾ ਹੈ। ਗਦਾ ਪਾਣੀ ਕਿਉਂ ਕਿਹਾ ਜਾਂਦਾ, ਗਦਾ ਪਕੜ ਲਈ ਆਪਣੇ ਹੱਥ ਵਿੱਚ। ਮਹਾਰਾਜ ਕਹਿੰਦੇ ਸ਼ਸਤਰਧਾਰੀ ਨਾਮ ਤੋਂ ਉਹਨਾਂ ਅਵਤਾਰਾਂ ਦੇ ਵੀ ਪਏ ਹਨ। ਸੰਕਟ ਦੇ ਗਰੀਬਨ ਜੋਏ, ਹਾਂ ਭਾਈ, ਸ਼ਸਤਰ ਚੁੱਕਣੇ ਕਿਸ ਵਾਸਤੇ ਹੈ, ਸ਼ਸਤਰ ਰੱਖਣੇ ਕਿਸ ਲਈ ਹੈ? ਉਹ ਅਗਲਾ ਨੁਕਤਾ ਮਹਾਰਾਜ ਦੱਸ ਰਹੇ ਆ ਕਿ ਜਿਹੜਾ ਬੰਦਾ ਗਰੀਬਾਂ ਨੂੰ ਦੁੱਖ ਦਿੰਦਾ, ਮਜ਼ਲੂਮਾਂ ਦੇ ਉੱਤੇ ਅਤਿਆਚਾਰ ਕਰਦਾ ਹੈ, ਇਹ ਸੋਂ ਲਰੋ ਧਰਮ ਬਹੁ ਹੋਏ, ਉਹਦੇ ਨਾਲ ਲੜਨਾ ਇਹ ਧਰਮ ਹੈ। ਧਰਮ ਦਾ ਅਰਥ ਇੱਕ ਹੁੰਦਾ ਇਹ ਪੁੰਨ ਦਾ ਕਰਮ ਹੈ, ਪੁੰਨ ਦਾ ਸਭ ਤੋਂ ਵੱਡਾ, ਇਹਦਾ ਪੁੰਨ ਇਹਦਾ ਫਲ ਬਹੁਤ ਜ਼ਿਆਦਾ ਹੁੰਦਾ ਹੈ। ਜਿਹੜਾ ਗਰੀਬ ਦੇ ਨਾਲ ਹਮਦਰਦੀ ਕਰਕੇ ਗਊ ਗਰੀਬ ਮਜ਼ਲੂਮ ਦੀ ਰੱਖਿਆ ਕਰਦਾ ਹੈ ਔਰ ਕਿਸੇ ਗਰੀਬ ਮਜ਼ਲੂਮ ਨੂੰ ਬਚਾਉਂਦਾ ਅਤੇ ਹਮਲਾ ਕਰਨ ਵਾਲੇ ਜ਼ਾਲਮ ਨੂੰ ਡੰਨ ਦਿੰਦਾ, ਸਜ਼ਾ ਦਿੰਦਾ, ਇਸ ਦਾ ਬੜਾ ਭਾਰੀ ਪੁੰਨ ਲੱਗਦਾ, ਫਲ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਲੜਨਾ ਉੱਥੇ ਹੈ, ਯੁੱਧ ਉੱਥੇ ਕਰਨਾ ਜੇ ਕੋਈ ਗਰੀਬਾਂ ਉੱਤੇ ਮਜ਼ਲੂਮਾਂ ਉੱਤੇ ਜ਼ੁਲਮ ਤੇ ਅਤਿਆਚਾਰ ਕਰਦਾ ਹੈ। ਜਿਸ ਕੋ ਲੂਣ ਖਾਏ ਤਿਸ ਹੇਤ, ਦੂਜਾ ਮਹਾਰਾਜ ਕਹਿੰਦੇ ਜਿਸ ਮਾਲਕ ਦਾ ਤੁਸੀਂ ਲੂਣ ਖਾ ਰਹੇ ਹੋ, ਜਿਹਦੇ ਕੋਲੇ ਨੌਕਰੀ ਚਾਕਰੀ ਕਰ ਰਹੇ ਹੋ, ਜਿਹਦੇ ਦਿੱਤਾ ਅੰਨ ਖਾ ਰਹੇ ਹੋ, ਜਿਹਦੇ ਦਿੱਤੇ ਵਸਤਰ ਪਾ ਰਹੇ ਹੋ, ਜਿਹੜਾ ਤੁਹਾਡਾ ਮਾਲਕ ਹੈ, ਹਰ ਪੱਖ ਤੋਂ ਤੁਹਾਡੀ ਸੰਭਾਲ ਕਰਦਾ, ਜਿਸ ਦਾ ਲੂਣ ਖਾਧਾ, ਉਸ ਵਾਸਤੇ ਵੀ ਜੰਗ ਲੜਨਾ ਧਰਮ ਹੈ ਸੂਰਮੇ ਦਾ। ਜਾ ਕੋ ਲੂਣ ਖਾਈਏ ਤਾਂ ਕੋ ਛੋਰ ਕਬਹੂ ਨਾ ਜਾਈਏ, ਇਹ ਦਸਮ ਪਿਤਾ ਜੀ ਦੇ ਬਚਨ ਹਨ। ਦਸਮ ਬਾਣੀ ਵਿੱਚ ਕਹਿੰਦੇ ਜਿਹਦਾ ਲੂਣ ਖਾਧਾ ਨਾ, ਜਾ ਕੋ ਲੂਣ ਖਾਈਏ, ਜਿਹਦਾ ਲੂਣ ਖਾਧਾ ਤਾਂ ਕੋ ਛੋਰ ਕਬਹੂ ਨਾ ਜਾਈਏ, ਜੇ ਉਹਦੇ 'ਤੇ ਮੁਸੀਬਤ ਆ ਗਈ, ਦੁੱਖ ਆ ਗਿਆ, ਸੰਕਟ ਆ ਗਿਆ, ਵੈਰੀ ਚੜ੍ਹ ਕੇ ਆ ਗਏ ਜਾਂ ਬਿਪਤਾ ਆ ਗਈ, ਕਦੇ ਉਹਨੂੰ ਦੁੱਖ ਵਿੱਚ ਬਿਪਤਾ ਵਿੱਚ ਛੱਡ ਕੇ ਨਾ ਜਾਓ। ਭਾਈ ਗੁਰਦਾਸ ਜੀ ਨੇ ਕਿਹਾ ਲੂਣ ਸਾਹਿਬ ਦਾ ਖਾਇਕ ਹੈ, ਰਣ ਅੰਦਰ ਲੜ ਮਰੈ ਸੋ ਜਾਪੈ, ਸਿਰ ਵੱਢੈ ਹਥਿਆਰ ਕਰ ਵਰਿਆਮਾ ਵਰਿਆਵ ਸੰਜਾਪੈ। ਆਪਣੇ ਮਾਲਕ ਦਾ ਲੂਣ ਖਾਧਾ ਨਾ ਤਾਂ ਉਹਦੀ ਖਾਤਰ ਕਹਿੰਦੇ ਚੜ੍ਹ ਕੇ ਆਏ ਜੁਰਮਾਣੇ ਦੇ ਸਿਰ ਵੱਢਣੇ ਔਰ ਉਹਦਾ ਮੁਕਾਬਲਾ ਕਰਨਾ, ਜਿਹੜਾ ਕਰਦਾ ਉਹ ਵੱਡੇ ਤੋਂ ਵੱਡਾ ਵਰਿਆਮ ਸੂਰਮਾ ਹੈ, ਅਸਲੀ ਸੂਰਬੀਰ ਜੋਧਾ ਬਹਾਦਰ ਉਹ ਹੈ। ਇਹ ਬਚਨ ਭਾਈ ਗੁਰਦਾਸ ਜੀ ਨੇ ਵੀ ਕਹੇ ਹਨ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਵੀ ਜ਼ਿਕਰ ਆਇਆ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਮਹਾਰਾਜ ਕਹਿੰਦੇ ਮਾਲਕ 'ਤੇ ਸੰਕਟ ਪੈ ਗਿਆ, ਸੇਵਕ ਸਾਰੀ ਜ਼ਿੰਦਗੀ ਨਾਲ ਰਿਹਾ, ਸਾਰੇ ਮਾਲਕ ਕੋਲੋਂ ਲੈ ਕੇ ਸੁੱਖ ਖਾਂਦਾ ਰਿਹਾ, ਭੋਗਦਾ ਰਿਹਾ, ਸੰਕਟ ਵੇਲੇ ਮਾਲਕ ਨੂੰ ਛੱਡ ਕੇ ਭੱਜ ਗਿਆ, ਪਿੱਠ ਦਿਖਾ ਗਿਆ ਕਹਿੰਦੇ, ਤਾਂ ਚਿਰੰਕਾਲ ਨਾ ਜੀਵੈ। ਕਹਿੰਦੇ ਚਿਰੰਕਾਲ ਤਾਂ ਜਿਉਂਿਆਂ ਨਹੀਂ ਜਾਣਾ, ਕਿਸੇ ਨੇ ਕੋਈ ਦਾਅਵਾ ਨਹੀਂ ਕੀਤਾ ਵੀ ਮੈਂ ਇੰਨੇ ਸਾਲ ਇੱਥੇ ਜੀਵਾਂਗਾ, ਲੱਖਾਂ ਜਾਂ ਹਜ਼ਾਰਾਂ ਜਾਂ ਸੈਂਕੜੇ ਵਰੇ, ਚਿਰੰਕਾਲ ਤਾਂ ਜਿਉਣਾ ਨਹੀਂ ਮਿਲਦਾ। ਪਰ ਕਹਿੰਦੇ ਦੋਨੋਂ ਲੋਕਾਂ ਵਿੱਚ ਉਸ ਬੰਦੇ ਦੇ ਮੱਥੇ 'ਤੇ ਕਲੰਕ ਦਾ ਟਿੱਕਾ ਲੱਗ ਜਾਂਦਾ ਕਿ ਆਪਣੇ ਮਾਲਕ ਨੂੰ ਦੁੱਖ ਵੇਲੇ ਛੱਡ ਕੇ ਆਇਆ। ਇਸ ਕਰਕੇ ਭਾਈ ਜਿਹਦਾ ਲੂਣ ਖਾਧਾ ਉਸ ਵਾਸਤੇ ਵੀ
ਪੀਠ ਨਦੀ ਜੈ ਜਬ ਰਣ ਖੇਤ। ਜਦੋਂ ਰਣ ਭੂਮੀ ਦੇ ਵਿੱਚ ਜੰਗ ਆ ਬਣੇ ਨਾ ਮਾਲਕ ਦੇ ਉੱਤੇ ਕੋਈ ਐਸਾ ਸਮਾਂ, ਤਾਂ ਪਿੱਠ ਨਾ ਦਵੇ ਕਹਿਰ ਬਣ ਕੇ ਛੱਡ ਕੇ ਨਾ ਭੱਜ ਜਾਵੇ। ਸਵਾਮੀ ਕਾਰਜ ਹਿੱਤ ਦੇ ਪ੍ਰਾਣ, ਆਪਣੇ ਮਾਲਕ ਵਾਸਤੇ ਪ੍ਰਾਣ ਦੇ ਦੇਵੇ, ਪ੍ਰਾਣਾਂ ਨੂੰ ਨਿਸ਼ਾਵਰ ਕਰ ਦੇਵੇ ਜਿਹਨੇ ਪ੍ਰਾਣ ਬਚਾਏ, ਇੰਨੀ ਸਾਰੀ ਜ਼ਿੰਦਗੀ ਸਹਾਇਤਾ ਕਰਦਾ ਰਿਹਾ। ਦੋਨੋਂ ਲੋਕਨ ਸੁਜਸ ਮਹਾਨ, ਉਹ ਸੂਰਮੇ ਦਾ ਦੋਨੋਂ ਲੋਕਾਂ ਵਿੱਚ ਬਹੁਤ ਜਸ ਹੋਏਗਾ, ਬਹੁਤ ਵੱਡਾ ਉਸਦਾ ਜਸ ਫੈਲੇਗਾ। ਜਦੋਂ ਸਾਧ ਸਿੰਘ ਜੀ ਸਰਕਾਰ ਨੇ ਹਮਲਾ ਕਰਨਾ ਸੀ, 31 ਮਈ ਨੂੰ ਮਹਾਂਪੁਰਖਾਂ ਨੇ ਸਾਰੇ ਸਿੰਘ ਬੁਲਾ ਲਏ ਕੋਲੇ ਆਪਣੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਹੀ ਸਾਰਿਆਂ ਨੂੰ ਬੁਲਾ ਕੇ ਕੇਸਰੀ ਰੰਗ ਦੇ ਸਿਰੋਪਾਉ ਮੰਗਾਏ ਹੋਏ ਸਨ ਕੋਲੇ, ਇਕੱਲੇ ਇਕੱਲੇ ਸਿੰਘ ਨੂੰ ਸਿਰੋਪਾਉ ਦਿੱਤਾ ਪਹਿਲੀ ਵਾਰ ਆਪਣੇ ਹੱਥੀਂ। ਫਿਰ ਸਾਰੇ ਸਿੰਘਾਂ ਦੇ ਕੋਲੇ ਬੈਠਿਆਂ ਗਲ ਵਿੱਚ ਪੱਲਾ ਪਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਬੇਨਤੀ ਕੀਤੀ, ਸਿੰਘੋ ਤੁਹਾਡੇ ਵਿੱਚੋਂ ਇਹੋ ਜਿਹੇ ਸਰੀਰ ਹੈ ਜਿਹੜੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਜਥੇ ਵਿੱਚ ਰਹਿ ਰਹੇ ਹੈ, ਜਿਵੇਂ ਸਨਮਾਨਯੋਗ ਬਾਬਾ ਠਾਰਾ ਸਿੰਘ ਜੀ, ਸ਼ਹੀਦ ਭਾਈ ਹਰਚਰਨ ਸਿੰਘ ਜੀ ਮੁਕਤਾ, ਇਸੇ ਹੀ ਤਰ੍ਹਾਂ ਸਾਧ ਸਿੰਘ ਜੀ ਅਮਰ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਸਪੁੱਤਰ, ਪੁਰਾਣੇ ਸਿੰਘ ਵੀ ਜਥੇ ਦੇ ਵਿੱਚ ਸਨ। ਮਹਾਂਪੁਰਖ ਕਹਿਣ ਲੱਗੇ, ਕੁਝ ਸਿੰਘ ਤੁਸੀਂ ਪੁਰਾਣੇ ਬਜ਼ੁਰਗ ਵੱਡੇ ਸੰਤਾਂ ਤੋਂ ਲੈ ਕੇ ਮੇਰੇ ਨਾਲ, ਕੁਝ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਸਮੇਂ ਦੇ, ਭਾਈ ਦਲਵੀਰ ਸਿੰਘ ਜੀ ਬਿਆਸੀ, ਜਥੇਦਾਰ ਰਾਮ ਸਿੰਘ ਜੀ ਸੁਲਤਾਨਪੁਰੀ, ਭਾਈ ਗੁਰਮੁਖ ਸਿੰਘ ਜੀ ਗੜਬਈ, ਇਹ ਤਾਂ ਵੱਡੇ ਸੰਤਾਂ ਤੋਂ ਹੀ ਸਨ, ਛੋਟੀ ਉਮਰ ਦੇ ਆਏ ਹੋਏ। ਸੋ ਇਹ ਸਾਰੇ ਸਿੰਘ ਤੁਸੀਂ ਉਹਨਾਂ ਸੰਤਾਂ ਤੋਂ, ਕੁਝ ਸਿੰਘ ਤੁਸੀਂ ਮੇਰੇ ਸਮੇਂ ਤੋਂ ਆਏ ਹੋ, ਤੁਸੀਂ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ, ਬੜੀ ਦ੍ਰਿੜਤਾ ਨਾਲ ਜਥੇਬੰਦੀ ਦੀ ਸੇਵਾ ਕੀਤੀ, ਮੈਂ ਤੁਹਾਡਾ ਰੋਮ ਰੋਮ ਕਰਕੇ ਧੰਨਵਾਦ ਕਰਦਾ, ਪਰ ਮੈਂ ਤੁਹਾਨੂੰ ਬੇਨਤੀ ਕਰਦਾ, ਮੈਂ ਆਪਣੇ ਜੀਵਨ ਵਿੱਚ ਅੱਜ ਤੁਹਾਨੂੰ ਅਖੀਰਲੀ ਵਾਰੀ ਆਪਣੇ ਪਾਸ ਬੁਲਾਇਆ, ਮੇਰੇ ਜੀਵਨ ਵਿੱਚ ਤੁਹਾਡੇ ਕੋਲੋਂ ਤੁਹਾਡੀ ਸੇਵਾ ਕਰਦਿਆਂ ਕੋਈ ਊਣਤਾਈ ਰਹਿ ਗਈ, ਕਿਸੇ ਦੇ ਸਨਮਾਨ ਵਿੱਚ ਕੋਈ ਵੱਧ ਘੱਟ ਕਦੇ ਸ਼ਬਦ ਕਿਹਾ ਹੋਵੇ, ਮੈਂ ਤੁਹਾਡੇ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਔਰ ਅਗਲੀ ਬੇਨਤੀ ਹੈ, ਸਮੇਂ ਦੀ ਹਕੂਮਤ ਫੌਜਾਂ ਚੜ੍ਹ ਕੇ ਆ ਗਈਆਂ, ਘੇਰਾ ਪੈ ਗਿਆ ਹਰਿਮੰਦਰ ਸਾਹਿਬ ਨੂੰ, ਪਰ ਅਜੇ ਕਰਫਿਊ ਨਹੀਂ ਲੱਗਾ, ਇਸ ਕਰਕੇ ਕਰਫਿਊ ਲੱਗ ਜਾਣਾ ਕੱਲ੍ਹ ਤੱਕ, ਜਿਹੜੇ ਸਿੰਘ ਆਪਣੀ ਇੱਛਾ ਨਾਲ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਬੜੇ ਆਰਾਮ ਨਾਲ, ਮੈਂ ਤੁਹਾਨੂੰ ਜੋਰਾ ਜਬਰੀ ਰੱਖ ਕੇ ਇੱਥੇ ਮਰਾਉਣਾ ਨਹੀਂ ਚਾਹੁੰਦਾ, ਸ਼ਹੀਦ ਨਹੀਂ ਕਰਾਉਣਾ ਚਾਹੁੰਦਾ। ਇਸ ਕਰਕੇ ਜਿਹੜੇ ਸਿੰਘ ਜਾ ਸਕਦੇ ਆ ਉਹਨਾਂ ਨੂੰ ਮੇਰੇ ਵੱਲੋਂ ਦਿਲੋਂ ਉਹਨਾਂ ਨੂੰ ਮੈਂ ਪ੍ਰਸੰਨਤਾ ਦੇ ਨਾਲ ਆਪਣੇ ਵੱਲੋਂ ਇਹ ਆਗਿਆ ਦਿੰਦਾ, ਜੇ ਕੋਈ ਜਾਣਾ ਚਾਹੁੰਦਾ ਤੁਸੀਂ ਜਾ ਸਕਦੇ ਹੋ, ਅਤੇ ਜਿਨ੍ਹਾਂ ਨੇ ਰਹਿਣਾ ਉਹ ਆਪਣੀ ਇੱਛਾ ਨਾਲ ਕਿ ਧਰਮ ਦੀ ਖਾਤਰ ਕੁਰਬਾਨੀ ਦੇਣੀ ਹੈ, ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸ਼ਹੀਦੀਆਂ ਦੇਣੀਆਂ, ਭਾਈ ਉਹਨਾਂ ਦਾ ਮੈਂ ਦਿਲੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਕਿ ਤੁਹਾਡਾ ਦੋਨੋਂ ਜਹਾਨੀ ਮੁੱਖ ਉਜਲਾ ਹੋਏਗਾ, ਐਸੀ ਪਵਿੱਤਰ ਜਗ੍ਹਾ ਕਿਤੇ ਨਹੀਂ ਸੰਸਾਰ ਵਿੱਚ ਮਿਲਣੀ ਜਿਹੋ ਜੀ ਅੰਮ੍ਰਿਤ ਰੂਪ ਧਰਤੀ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਆਪਾਂ ਨੂੰ ਸ਼ਹੀਦੀਆਂ ਦੇਣ ਦਾ ਸਮਾਂ ਮਿਲ ਰਿਹਾ।
ਸਾਧ ਸੰਗਤ ਜੀ, ਇੱਕ ਵੀ ਸਿੰਘ ਨੇ ਇਹ ਵਚਨ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਛੱਡ ਕੇ ਜਾਣ ਵਾਸਤੇ ਤਿਆਰ ਹਾਂ। ਇਹ ਹੈ ਕੁਰਬਾਨੀ, ਇਹ ਹੈ ਸੂਰਮਤਾਈ, ਇਹ ਹੈ ਬਹਾਦਰੀ, ਇਹ ਹੈ ਸ਼ੂਰਬੀਰਤਾ। ਪਰ ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ ਇਹ ਵਚਨ ਜ਼ਰੂਰ ਕੀਤੇ ਸਨ। ਸੋ ਸਾਧ ਸੰਗਤ ਜੀ, ਠੀਕ ਹੈ ਕੁਝ ਸਿੰਘ ਮਗਰੋਂ ਫੜੇ ਗਏ, ਕੁਝ ਚਲੇ ਗਏ ਕਿਸੇ ਤਰ੍ਹਾਂ ਬਚ ਬਚਾ ਕੇ, ਪਰ ਬਹੁਤ ਸਿੰਘ ਵਿਚਾਰੇ ਜੋਧਪੁਰ ਦੀਆਂ ਜੇਲ੍ਹਾਂ ਵਿੱਚ ਪੰਜ ਪੰਜ ਸਾਲ ਕੈਦ ਰਹੇ। ਜੰਗ ਯੁੱਧ ਦੇ ਵਿੱਚ ਐਸਾ ਕੁਝ ਵਾਪਰਦਾ ਹੀ ਹੈ, ਬਹੁਤ ਸਿੰਘ ਸ਼ਹੀਦ ਵੀ ਹੋ ਜਾਂਦੇ ਆ, ਕੁਝ ਨੂੰ ਪਰਮੇਸ਼ਰ ਬਚਾ ਕੇ ਰੱਖ ਵੀ ਲੈਂਦਾ, ਕਈਆਂ ਨੂੰ ਸਮੇਂ ਦੀਆਂ ਹਕੂਮਤਾਂ ਦੀਆਂ ਨਜ਼ਰਬੰਦੀਆਂ ਦੀ ਕੈਦ ਵੀ ਕੱਟਣੀ ਪੈਂਦੀ ਹੈ। ਧੰਨ ਬਾਬਾ ਵੀਰ ਸਿੰਘ ਜੀ, ਨੌਰੰਗਾਬਾਦ ਵਾਲੇ ਸ਼ਹੀਦ ਕਰ ਦਿੱਤੇ ਗਏ। ਬਾਅਦ ਵਿੱਚ ਬਾਬਾ ਮਹਾਰਾਜ ਸਿੰਘ ਜੀ ਨੇ ਹਿੰਦੁਸਤਾਨ ਨੂੰ ਗੁਲਾਮੀ ਦੇ ਵਿੱਚੋਂ ਆਜ਼ਾਦ ਕਰਾਉਣ ਲਈ ਬੜਾ ਵੱਡਾ ਆਜ਼ਾਦੀ ਦਾ ਬਿਗਲ ਵਜਾਇਆ। ਸਭ ਤੋਂ ਪਹਿਲਾਂ ਉਹਨਾਂ ਮਹਾਂਪੁਰਖਾਂ ਨੇ ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਅੰਗਰੇਜ਼ ਸਾਮਰਾਜ ਦੇ ਖਿਲਾਫ ਜੇ ਆਵਾਜ਼ ਬੁਲੰਦ ਕੀਤੀ, ਜੇ ਕੋਈ ਲੜਾਈ ਲੜੀ ਜ਼ਾਲਮ ਫੌਜਾਂ ਦੇ ਜਾਂ ਸਮੇਂ ਦੀਆਂ ਹਕੂਮਤਾਂ ਦੇ ਖਿਲਾਫ, ਉਹ ਧੰਨ ਬਾਬਾ ਮਹਾਰਾਜ ਸਿੰਘ ਸਾਹਿਬ ਜੀ ਨੂੰ ਇਹ ਸਿਹਰਾ ਜਾਂਦਾ, ਆਜ਼ਾਦੀ ਦੇ ਪ੍ਰਵਾਨਿਆਂ ਦੇ ਵਿੱਚੋਂ ਸਭ ਤੋਂ ਪਹਿਲੇ ਉਹ ਮਹਾਂਪੁਰਖ ਸਨ ਜਿਹੜੇ ਸਭ ਤੋਂ ਪਹਿਲਾਂ ਉੱਠੇ ਹੈ ਅੰਗਰੇਜ਼ ਸਾਮਰਾਜ ਦੇ ਖਿਲਾਫ। ਫਿਰ ਉਹ ਫੜੇ ਵੀ ਗਏ, ਇਹ ਨਹੀਂ ਮੰਨੀ, ਸਿੰਘਾਪੁਰ ਦੀ ਕੈਦ ਵਿੱਚ ਸ਼ਹੀਦੀ ਦੇ ਦਿੱਤੀ, ਪਰ ਸਮੇਂ ਦੀ ਹਕੂਮਤ ਨਾਲ ਸਮਝੌਤਾ ਨਹੀਂ ਕੀਤਾ। ਔਰ ਉਸ ਤੋਂ ਬਾਅਦ ਬਾਬਾ ਖੁਦਾਸ ਸਿੰਘ ਜੀ ਨੂੰ ਕਈ ਸਾਲ ਦੀ ਨਜ਼ਰਬੰਦੀ ਵਿੱਚ ਰੱਖਿਆ, ਉਹਨਾਂ ਨੇ ਵੀ ਇਹ ਨਹੀਂ ਮੰਨੀ। ਸੋ ਇਹ ਗੱਲ ਵੱਖਰੀ ਹੁੰਦੀ ਹੈ, ਪਰ ਜਿਹੜੇ ਸ਼ਹੀਦ ਹੋ ਗਏ ਸਾਧ ਸੰਗਤ ਜੀ, ਉਹ ਧੰਨਤਾ ਦੇ ਯੋਗ ਹਨ, ਉਹ ਪੂਜਨ ਯੋਗ ਹਨ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਸਵਾਮੀ ਕਾਰਜ ਹਿੱਤ ਦੇ ਪ੍ਰਾਣ ਆਪਣੇ ਮਾਲਕ ਦੇ ਵਾਸਤੇ ਪ੍ਰਾਣ ਦੇ ਦੇਣੇ, ਜਿਹੜਾ ਦੇ ਦਿੰਦਾ ਸ਼ਹੀਦੀ ਦੇ ਦਿੰਦਾ, ਆਪਣੇ ਮਾਲਕ ਸਤਿਗੁਰੂ ਹੈ, ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਮਾਲਕ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ। ਉਹਨਾਂ ਨੇ ਆਪਣੇ ਮਾਲਕ ਲਈ ਪ੍ਰਾਣ ਦਿੱਤੇ ਹੈ ਕਿ ਜਿਸ ਗੁਰੂ ਦੇ ਸਿੱਖ ਹੈ, ਜੇ ਉਸ ਗੁਰੂ ਦੀ ਸ਼ਾਨ ਦੇ ਖਿਲਾਫ ਕੋਈ ਵੈਰੀ ਚੜ੍ਹ ਕੇ ਹਮਲਾ ਕਰਨ ਆ ਰਿਹਾ, ਜਿੰਨਾ ਬਲ ਸੀ ਤਾਣ ਲਾ ਕੇ ਸ਼ਹੀਦੀਆਂ ਦੇ ਦਿੱਤੀਆਂ, ਪ੍ਰਾਣ ਦੇ ਦਿੱਤੇ, ਪਰ ਗੁਰੂ ਦੀ ਆਨ ਸ਼ਾਨ ਨੂੰ ਉੱਚਿਆਂ ਰੱਖਣ ਲਈ ਆਪਣਾ ਪਵਿੱਤਰ ਖੂਨ ਡੋਲ ਦਿੱਤਾ, ਜਿਉਂਦੇ ਜੀ ਆਂਚ ਨਹੀਂ ਆਉਣ ਦਿੱਤੀ ਸਾਧ ਸੰਗਤ ਜੀ। ਇਸ ਕਰਕੇ ਆਪਣੇ ਸਵਾਮੀ, ਆਪਣੇ ਸਤਿਗੁਰਾਂ ਲਈ, ਆਪਣੇ ਪਰਮੇਸ਼ਰ ਵਾਹਿਗੁਰੂ ਲਈ ਸਾਧ ਸੰਗਤ ਜੀ ਪ੍ਰਾਣ ਦੇ ਦੇਣੇ। ਔਰ ਦੋਨਾਂ ਲੋਕਾਂ ਵਿੱਚ ਉਹਨਾਂ ਦਾ ਮਹਾਨ ਜਸ, ਇੱਥੇ ਵੀ ਢਾਡੀ ਸੂਰਮੇ ਵਾਰਾਂ ਗਾਉਂਦੇ ਹੈ, ਅੱਗੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਥਾਂ ਪ੍ਰਾਪਤ ਹੁੰਦਾ, ਦੋਨੋਂ ਲੋਕਾਂ ਵਿੱਚ ਉਹਨਾਂ ਦਾ ਜਸ ਗਾਇਆ ਜਾਂਦਾ ਹੈ। ਪਰਮੇਸ਼ਰ ਕੇ ਸਿਮਰਨ ਧਰੇ, ਇਸ ਲਈ ਭਾਈ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਧਾਰਨ ਕਰਨਾ ਹੈ ਮਨ ਵਿੱਚ। ਵਿਜੈ ਲਹਿ ਮੁਖ ਉਜਲ ਕਰੋ, ਜੇ ਜਿੱਤ ਹੋ ਗਈ ਤਾਂ ਵੀ ਤੁਹਾਡਾ ਮੁਖ ਉਜਲ ਹੋਏਗਾ ਕਿ ਐਡੀ ਵੱਡੀ ਬਹਾਦਰੀ ਦਿਖਾਈ, ਜ਼ਾਲਮ ਤੋਂ ਜਿੱਤ ਪ੍ਰਾਪਤ ਕਰ ਲਈ, ਤਾਂ ਵੀ ਤੇਰੀ ਭਾਈ ਆੜਤ ਸੋਨੀ ਜੈ ਜੈਕਾਰ ਹੋਏਗੀ।
ਸੁਣ ਸਿੱਖਿਆ ਤੈਸੇ ਉਰ ਧਾਰੀ। ਸਤਿਗੁਰੂ ਜੀ ਦੇ ਬਚਨ ਸੁਣ ਕੇ ਹਿਰਦੇ ਵਿੱਚ ਧਾਰਨ ਕੀਤੇ ਭਾਈ ਆੜਤ ਸੋਇਨੀ ਨੇ। ਲਾਗਿਓ ਗੁਰ ਕੀ ਸੇਵ ਮਝਾਰੀ। ਮਹਾਰਾਜ ਸਾਹਿਬ ਦੇ ਦਰ ਦੀ ਸੇਵਾ ਵਿੱਚ ਲੱਗ ਪਏ, ਜੁੱਟ ਪਏ ਔਰ ਧਰਮ ਕਿਰਤ ਕਰਦੇ, ਸ਼ਸਤਰ ਧਾਰੀ ਹੋ ਕੇ ਫੌਜਾਂ ਵਿੱਚ ਨੌਕਰੀ ਚਾਕਰੀ ਵੀ ਕਰਦੇ, ਦਸਵੰਧ ਵੀ ਦਿੰਦੇ, ਸਿੱਖੀ ਵੀ ਕਮਾਉਂਦੇ, ਨਾਮ ਵੀ ਜਪਦੇ ਔਰ ਮਹਾਰਾਜ ਦੇ ਦਰ ਦੀ ਸੇਵਾ ਵਿੱਚ ਵੀ ਲੱਗ ਪਏ ਹਮੇਸ਼ਾ ਲਈ। ਸੋ ਸਾਧ ਸੰਗਤ ਜੀ, ਇਹ ਸੂਰਬੀਰਤਾ ਵਾਲੇ ਉਪਦੇਸ਼, ਸੂਰਮਤਾ ਦੇ ਗੁਣ ਭਰਨੇ ਸਿੱਖਾਂ ਦੇ ਵਿੱਚ, ਕੁਰਬਾਨੀ ਦਾ ਜਜ਼ਬਾ ਪੈਦਾ ਕਰਨਾ, ਇਹ ਤਿਆਰੀਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੱਗੋਂ ਹੀ ਕਰਵਾ ਰਹੇ ਸਨ। ਸਤਿਗੁਰੂ ਨੂੰ ਪਤਾ ਸੀ, ਜਾਣੀ ਜਾਣ ਸਨ ਕਿ ਛੇਵੇਂ ਜਾਮੇ ਦੇ ਵਿੱਚ ਜੰਗ ਯੁੱਧ ਹੋਣੇ ਹੀ ਹੋਣੇ ਆ ਵੈਰੀਆਂ ਦੇ ਨਾਲ। ਇਸ ਕਰਕੇ ਭਵਿੱਖਤ ਨੂੰ ਵੇਖ ਕੇ ਸਤਿਗੁਰੂ ਜੀ ਨੇ ਗੁਰਸਿੱਖਾਂ ਵਿੱਚ ਸ਼ੂਰਬੀਰਤਾ ਯੋਧਿਆਂ ਵਾਲੇ, ਬਹਾਦਰਾਂ ਵਾਲੇ ਗੁਣ ਭਰਨਾ ਕੀਤੇ ਅਤੇ ਨਾਲ ਨਾਲ ਸੂਰਮਤਾਈ ਦੀਆਂ ਬਖਸ਼ਿਸ਼ਾਂ ਵੀ ਕੀਤੀਆਂ। ਲਾਲਾ ਸੇਠੀ ਚੂਹੜ ਸਾਈ। ਅਗਲਾ ਪ੍ਰਸੰਗ ਸ਼ੁਰੂ ਹੋਇਆ, ਇੱਕ ਭਾਈ ਲਾਲਾ ਸੇਠੀ ਹੈ, ਸਿੱਖ ਦਾ ਨਾਮ, ਸੇਠੀ ਜਾਤੀ ਹੈ। ਦੂਜਾ ਭਾਈ ਚੂੜ ਹੈ, ਤੀਜਾ ਭਾਈ ਸਾਈ ਹੈ। ਸੰਗ ਨਿਹਾਲੂ ਗੁਰਮਤ ਪਾਈ। ਇਹਨਾਂ ਦੇ ਨਾਲ ਚੌਥਾ ਭਾਈ ਨਿਹਾਲੂ ਹੈ ਔਰ ਇਹਨਾਂ ਨੇ ਪਹਿਲਾਂ ਗੁਰੂ ਕੀ ਮੱਤ, ਗੁਰਮਤ ਨੂੰ ਧਾਰਨ ਕੀਤਾ ਹੋਇਆ, ਗੁਰਸਿੱਖੀ ਨੂੰ ਧਾਰਨ ਕੀਤਾ ਹੋਇਆ, ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਹੋਏ ਹੋਏ ਹਨ। ਪਰ ਇਹਨਾਂ 'ਤੇ ਕਿਰਪਾ ਕੈਸੀ ਹੈ, ਗੁਰਮਤ ਨੂੰ ਕਮਾਉਣ ਕਰਕੇ, ਨਾਮ ਜਪਣ ਕਰਕੇ, ਸਿੱਖੀ ਦੀ ਕਮਾਈ ਕਰਨ ਕਰਕੇ। ਲਿਵ ਲਗਾਏ ਕਰ ਸ਼ਬਦ ਸੁਗਾਵੇ। ਜਦੋਂ ਕੀਰਤਨ ਹੁੰਦਾ ਨਾ ਸਾਧ ਸੰਗਤ ਜੀ, ਤਾਂ ਬੜੀ ਲਿਵ ਲਾ ਕੇ, ਸੁਰਤ ਜੋੜ ਕੇ ਸੰਗਤਾਂ ਨੂੰ ਇਹ ਚਾਰੇ ਸਿੱਖ ਕੀਰਤਨ ਸੁਣਾਉਂਦੇ ਆ ਗੁਰੂ ਕੇ ਸ਼ਬਦਾਂ ਦਾ ਪ੍ਰੇਮ ਨਾਲ। ਇੱਕ ਮਨ ਹੋਏ ਕਰ ਅਰਥ ਸੁਣਾਵੇ। ਕੀਰਤਨ ਤੋਂ ਬਾਅਦ ਗੁਰਬਾਣੀ ਦੇ ਸ਼ਬਦਾਂ ਦੀ ਕਥਾ ਸੁਣਾਉਂਦੇ ਆ ਸੰਗਤਾਂ ਨੂੰ, ਇੱਕ ਮਨ ਹੋ ਕੇ ਗੁਰਬਾਣੀ ਦੇ ਅਰਥ ਵੀ ਸੁਣਾਉਂਦੇ ਆ, ਕਥਾ ਵੀ ਕਰਦੇ ਆ। ਕਰਹਿ ਵਿਚਾਰ ਮ੍ਰਿਦੁਲ ਮਨ ਹੋਏ। ਜਦੋਂ ਗੁਰਬਾਣੀ ਦੀ ਕਥਾ ਵਿਚਾਰ ਸੁਣਾਉਂਦੇ ਆ ਨਾ, ਸੁਣਨ ਵਾਲਿਆਂ ਸਰੋਤਿਆਂ ਦੇ ਮਨ ਕੋਮਲ ਹੋ ਜਾਂਦੇ ਆ, ਮਨ ਢਲ ਜਾਂਦੇ ਆ ਬਾਣੀ ਵਿੱਚ, ਗੁਰਮਤ ਦੇ ਵਿੱਚ, ਨਾਮ ਵਿੱਚ ਮਨ ਨੇ ਜੁੜ ਜਾਣਾ। ਮਨ ਕੋਮਲ, ਮਨ ਦਾ ਕੋਮਲ ਕੀ ਹੋਣਾ, ਮਨ ਵਿੱਚੋਂ ਔਗਣ ਦੂਰ ਹੋਣੇ ਔਰ ਸ਼ੁਭ ਗੁਣਾਂ ਨੇ ਨਿਵਾਸ ਕਰ ਲੈਣਾ, ਮਨ ਦਾ ਕਠੋਰਪਣਾ ਦੂਰ ਹੋ ਜਾਣਾ। ਇਉਂ ਇਹਨਾਂ ਦਾ ਮਨ ਕੋਮਲ ਹੋ ਜਾਂਦਾ ਇਹਨਾਂ ਕੋਲੋਂ ਕੀਰਤਨ ਔਰ ਕਥਾ ਸੁਣ ਕੇ। ਸੰਗਤ ਜੀ, ਜਿਹੜਾ ਇਹ ਪ੍ਰਚਾਰ ਕੀਰਤਨ ਦਰਬਾਰਾਂ ਦਾ ਬਹੁਤ ਹੀ ਪ੍ਰਚਲਿਤ ਹੋ ਗਿਆ, ਕੀਰਤਨ ਦਰਬਾਰ ਕਰਾਉਣੇ ਚਾਹੀਦੇ ਆ ਪਰ ਨਾਲ ਕਥਾ ਵੀ ਨਹੀਂ ਛੱਡਣੀ ਕਦੇ। ਗੁਰੂ ਸਾਹਿਬਾਨਾਂ ਨੇ ਜਿੱਥੇ ਕੀਰਤਨ ਦੀ ਗੱਲ ਕੀਤੀ ਉੱਥੇ ਕਥਾ ਦੀ ਵੀ ਨਾਲ ਗੱਲ ਕੀਤੀ ਹੈ। ਕੀਰਤਨ ਵੀ ਹੋਣਾ ਚਾਹੀਦਾ, ਕਥਾ ਵੀ ਹੋਣੀ ਚਾਹੀਦੀ ਹੈ, ਦੋਨਾਂ ਤੋਂ ਬਿਨਾਂ ਗੱਲ ਨਹੀਂ ਬਣਦੀ। ਇਸ ਕਰਕੇ ਜਦੋਂ ਇਹ ਕਥਾ ਕਰਦੇ ਆ, ਇਹ ਵਿਚਾਰ ਇਹਨਾਂ ਕੋਲੋਂ ਸੰਗਤਾਂ ਬਾਣੀ ਦੀਆਂ ਸੁਣਦੀਆਂ ਤਾਂ ਸਭ ਦੇ ਮਨ ਕੋਮਲ ਹੋ ਜਾਂਦੇ ਆ, ਢਲ ਜਾਂਦੇ ਆ। ਰੱਬ ਕੋ ਰੱਖ ਹਿਰਦੈ ਪਰੋਏ। ਸਰੋਤਿਆਂ ਦੀ ਸੁਰਤ ਨੂੰ ਨਾ ਐਸੀ ਇਹਨਾਂ 'ਤੇ ਕਿਰਪਾ, ਐਸੀ ਅਗੰਮੀ ਇਹਨਾਂ ਦੀ ਕਮਾਈ ਹੈ, ਸਰੋਤਿਆਂ ਦੀ ਸੁਣਨ ਵਾਲਿਆਂ ਦੀ ਸੁਰਤ ਸ਼ਬਦ ਵਿੱਚ ਨਾਮ ਵਿੱਚ ਪਰੋ ਦਿੰਦੇ ਆ, ਨਾਮ ਵਿੱਚ ਮਨ ਜੋੜ ਦਿੰਦੇ। ਸੰਤ ਮਹਾਰਾਜ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 11ਵੇਂ ਮੁਖੀ
ਸਾਧ ਸੰਗਤ ਜੀ ਜਦੋਂ ਗੁਰਬਾਣੀ ਦੀ ਕਥਾ ਕਰਦੇ ਸਨ, ਸੁਣਨ ਵਾਲੇ ਸਰੋਤਿਆਂ ਦੀਆਂ ਸਮਾਧੀਆਂ ਲੱਗ ਜਾਇਆ ਕਰਦੀਆਂ ਸਨ। ਸਿੰਘ ਸਾਹਿਬ ਚੇਤ ਸਿੰਘ ਜੀ ਨੇ ਲਿਖਿਆ ਕਿ ਜਦੋਂ ਪਾਕਿਸਤਾਨ ਦੇ ਵਿੱਚ ਗੁਜਰਾਤ ਦੇ ਇਲਾਕੇ ਵਿੱਚ ਮਹਾਂਪੁਰਖ ਕਥਾ ਕਰ ਰਹੇ ਸਨ, ਇੱਕ ਦਿਨ ਮੈਂ ਕਥਾ ਸੁਣ ਗਿਆ। ਪਤਾ ਲੱਗਾ ਵੀ ਭਿੰਡਰਾਂ ਵਾਲੇ ਸੰਤ ਇਸ ਇਲਾਕੇ ਵਿੱਚ ਕਥਾ ਕਰਨ ਲਈ ਜਥੇ ਸਮੇਤ ਆਏ ਹੈ। ਕਹਿੰਦੇ ਸੰਤਾਂ ਨਾਲ ਜਥੇ ਦੇ ਸਿੰਘਾਂ ਦਾ ਵਹੀਰ ਸੀ। ਮੈਂ ਅੰਮ੍ਰਿਤ ਵੇਲੇ ਜਾ ਕੇ ਮੱਥਾ ਟੇਕ ਕੇ ਕੀਰਤਨ ਆਸਾ ਜੀ ਦੇ ਵਾਰ ਦਾ ਹੋ ਰਿਹਾ ਕੀਰਤਨ ਸੁਣ ਰਿਹਾ ਸਾਂ। ਸੰਤ ਵੀ ਕੀਰਤਨ ਸੁਣ ਰਹੇ ਸਨ ਆਸਾ ਜੀ ਦੀ ਵਾਰ ਦਾ ਚੌਂਕੜਾ ਮਾਰ ਕੇ। ਆਸਾ ਜੀ ਦੀ ਵਾਰ ਦਾ ਕਹਿੰਦੇ ਭੋਗ ਪਿਆ। ਅਚਾਨਕ ਸੰਤ ਉੱਠੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ। ਕਹਿੰਦੇ ਮੇਰੇ ਮਨ 'ਚ ਆਇਆ ਵੀ ਭਿੰਡਰਾਂ ਵਾਲੇ ਸੰਤਾਂ ਦੀ ਮਹਿਮਾ ਬੜੀ ਸੁਣੀ ਹੈ। ਖੱਦਰ ਦਾ ਹੀ ਪਰਨਾ ਜਿਹਾ ਪਾਇਆ, ਖੱਦਰ ਦੀ ਅਲਫੀ ਜੀ, ਅੱਧੀਆਂ ਜੀਆਂ ਬਾਹਾਂ ਵਾਲਾ ਉੱਚਾ ਜਿਹਾ ਚੋਲਾ ਪਾਇਆ ਲੰਡਾ ਜਿਹਾ। ਕਹਿੰਦਾ ਮੈਂ ਆਖਿਆ ਇਹ ਤਾਂ ਕੋਈ ਸਾਧਾਰਨ ਜਿਹਾ ਕੋਈ ਜ਼ਿਮੀਂਦਾਰ ਖੇਤਾਂ ਵਿੱਚੋਂ ਉੱਠ ਕੇ ਆ ਗਿਆ, ਇਹ ਤਾਂ ਸੰਤ ਸੁੰਦਰ ਸਿੰਘ ਜੀ ਨਹੀਂ ਹੋ ਸਕਦੇ। ਮੇਰੇ ਮਨ ਵਿੱਚ ਉਹਨਾਂ ਦੀ ਬਾਹਰਲੀ ਕਿਰਿਆ ਦੇਖ ਕੇ ਕਹਿੰਦਾ ਐਸਾ ਅਸਰ ਜਿਹਾ ਮੈਂ ਕਬੂਲ ਬੈਠਾ। ਪਰ ਕਹਿੰਦੇ ਜਦੋਂ ਉਹਨਾਂ ਨੇ ਮੰਗਲਾ ਚਰਨ ਸ਼ੁਰੂ ਕੀਤਾ ਨਾ ਕਥਾ ਦਾ, ਪਹਿਲੀਆਂ ਪੰਕਤੀਆਂ ਸੁਣ ਕੇ ਮੇਰੇ ਅੰਦਰ ਇੰਨੀ ਖਿੱਚ ਪਈ, ਮੇਰੀ ਆਤਮਾ ਝੰਡੋੜੀ ਗਈ ਸਰੀਰ ਦੀ, ਜਿਵੇਂ ਕਰੰਟ ਜਿਹਾ ਨਹੀਂ ਕਈ ਵਾਰੀ ਸਰੀਰ ਕੰਬਦਾ, ਕਹਿੰਦੇ ਇਸ ਤਰ੍ਹਾਂ ਮੇਰਾ ਸਰੀਰ ਇੱਕ ਵਾਰੀ ਥਰ ਥਰਾਟ ਗਿਆ। ਜਿਉਂ ਜਿਉਂ ਕਹਿੰਦੇ ਉਹ ਗੁਰਬਾਣੀ ਦੀ ਕਥਾ ਕਰੀ ਗਏ, ਮੇਰੇ ਮਨ ਦੇ ਫੁਰਨੇ ਰੁਕਦੇ, ਕਹਿੰਦੇ ਇੱਕਦਮ ਮੇਰੀ ਸਮਾਧੀ ਲੱਗ ਗਈ ਕਥਾ ਸੁਣਦਿਆਂ। ਆਖੋ ਭਾਈ ਵਾਹਿਗੁਰੂ, ਕਹਿੰਦੇ ਮੇਰੀ ਸਮਾਧੀ ਲੱਗ ਗਈ ਕਥਾ ਵਿੱਚ। ਮੈਨੂੰ ਨਹੀਂ ਪਤਾ ਲੱਗਾ ਕਿ ਸੰਤਾਂ ਨੇ ਕਦੋਂ ਸਵਾ ਦੋ ਘੰਟੇ ਕਹਿੰਦੇ ਕਥਾ ਕੀਤੀ, ਅਤੇ ਨਾਲ ਦੇ ਕਿਸੇ ਸਿੰਘ ਨੇ ਮੈਨੂੰ ਹਲੂਣ ਕੇ ਸਮਾਧੀ ਖੋਲ੍ਹ ਕੇ ਅਰਦਾਸ ਵਿੱਚ ਉਠਾਇਆ। ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਕਥਾ ਮੈਂ ਪਹਿਲੀ ਵਾਰ ਜ਼ਿੰਦਗੀ ਵਿੱਚ ਸੁਣੀ, ਜਿਸ ਤੋਂ ਮੇਰੀ ਕਥਾ ਸੁਣਦੇ ਹੀ ਸਮਾਧੀ ਲੱਗ ਗਈ, ਮਨ ਦੇ ਫੁਰਨੇ ਰੁਕ ਗਏ। ਸਾਧ ਸੰਗਤ ਜੀ, ਇਹ ਕਰਨੀ ਵਾਲਿਆਂ ਉੱਤੇ ਕਿਰਪਾ ਹੋਇਆ ਕਰਦੀ ਹੈ। ਸਮਾਧੀਆਂ ਉਹਨਾਂ ਦੀ ਕਥਾ ਸੁਣ ਕੇ ਲੱਗਦੀਆਂ ਜਿਹੜੇ ਆਪ ਮਹਾਰਾਜ ਦੇ ਚਰਨਾਂ ਵਿੱਚ ਸਮਾਧਿਤ ਹੋ ਕੇ ਜੁੜਦੇ ਹੈ। ਇਸ ਕਰਕੇ ਇੱਥੇ ਵੀ ਬਚਨ ਆ ਰਿਹਾ, ਕਹਿੰਦੇ ਜਦੋਂ ਇਹ ਸਿੱਖ ਕਥਾ ਕਰਦੇ ਆ ਨਾ, ਤਾਂ ਸਰੋਤਿਆਂ ਦੇ ਹਿਰਦੇ ਨਾਮ ਵਿੱਚ ਪਰੋ ਦਿੰਦੇ ਹੈ, ਜਿਵੇਂ ਸੂਈ ਧਾਗਾ ਕੱਪੜੇ ਨੂੰ ਪਰੋ ਪਰੋ ਕੇ ਸੀਤੀ ਜਾਂਦਾ, ਇਸ ਤਰ੍ਹਾਂ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਨਾਮ ਪਰੋਇਆ ਜਾਂਦਾ, ਵਸ ਜਾਂਦਾ ਹੈ। ਤਿਨਕੇ ਬਚਨ ਸੁਣਹਿ ਜੋ ਆਇਆ, ਜਿਹੜਾ ਆ ਕੇ ਸੰਗਤ ਵਿੱਚ ਇਹਨਾਂ ਚਾਰੇ ਸਿੱਖਾਂ ਦੇ ਭਾਈ ਲਾਲਾ ਸੇਠੀ ਚੂਹੜ ਸਾਈ ਨਿਹਾਲੂ ਇਹਨਾਂ ਤੋਂ ਕਥਾ ਸੁਣਦਾ ਹੈ ਸੰਗਤ ਵਿੱਚ ਆ ਕੇ, ਸਭ ਪਰ ਤੈਨੂੰ ਕੀ ਛਾਇਆ, ਉਹ ਸਾਰਿਆਂ ਉੱਤੇ ਉਹਨਾਂ ਦੀ ਛਾਇਆ ਕੀ, ਉਹਨਾਂ ਦਾ ਪ੍ਰਭਾਵ ਪੈ ਜਾਂਦਾ। ਛਾਇਆ ਇਹੋ ਹੀ ਹੁੰਦੀ ਹੈ, ਪ੍ਰਭਾਵ ਪੈਣਾ, ਮਨ ਨੇ ਅਸਰ ਕਬੂਲਣਾ। ਕੀ ਅਸਰ ਕਬੂਲਣਾ, ਕਿ ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 1975 22 ਦਸੰਬਰ ਨੂੰ ਬੀੜ ਬਾਬਾ ਬੁੱਢਾ ਸਾਹਿਬ ਪ੍ਰਚਾਰ ਕਰ ਰਹੇ ਸਨ, ਲੱਖਾਂ ਦਾ ਇਕੱਠ ਸੀ, ਬਾਬਾ ਖੜਕ ਸਿੰਘ ਜੀ ਸੰਗਤ ਵਿੱਚ ਬੈਠੇ ਸਨ, ਕਾਰ ਸੇਵਾ ਵਾਲੇ।
ਸੰਤਾਂ ਨੇ 2.5 ਘੰਟੇ ਪ੍ਰਚਾਰ ਕੀਤਾ। ਪ੍ਰਚਾਰ ਕਰਕੇ ਕਹਿਣ ਲੱਗੇ ਤੁਹਾਡੇ 'ਤੇ ਕੋਈ ਅਸਰ ਹੋਇਆ ਮੇਰਾ? ਜੇ ਕੋਈ ਅਸਰ ਹੋਇਆ ਤਾਂ ਉੱਠ ਕੇ ਖੜ੍ਹੇ ਹੋ ਕਿ ਅੱਜ ਤੋਂ ਦਾੜਾ ਕੇਸ ਨਹੀਂ ਕੱਟਾਂਗੇ, ਨਸ਼ਾ ਨਹੀਂ ਵਰਤਾਂਗੇ। 5000 ਮਾਈ ਭਾਈ ਸੰਗਤ ਵਿੱਚ ਖੜ੍ਹੇ ਹੋ ਗਏ ਹੱਥ ਜੋੜ ਕੇ ਕਿ ਸਾਡਾ ਅਰਦਾਸਾ ਕਰੋ, ਅੱਜ ਤੋਂ ਅਸੀਂ ਨਸ਼ਾ ਨਹੀਂ ਵਰਤਾਂਗੇ, ਦਾੜਾ ਕੇਸ ਨਹੀਂ ਕੱਟਾਂਗੇ। ਇਹ ਛਾਇਆ ਹੁੰਦੀ ਹੈ, ਇਹ ਪ੍ਰਭਾਵ ਹੁੰਦਾ ਕਰਨੀ ਦਾ, ਗੁਰਮੁਖਾਂ ਦੀ ਕਮਾਈ ਦਾ ਅਸਰ। ਗਿਆਨੀਆਂ ਦੀ ਅੱਜ ਘਾਟ ਨਹੀਂ, ਕਥਾਵਾਚਕਾਂ ਦੀ ਘਾਟ ਨਹੀਂ, ਰਾਗੀਆਂ ਦੀ ਕਮੀ ਨਹੀਂ, ਪਰ ਪ੍ਰਭਾਵ ਨਹੀਂ ਪੈ ਰਿਹਾ ਸਾਡੇ ਉੱਤੇ। ਉਹਦਾ ਕਾਰਨ ਕੀ ਹੈ ਕਿ ਸੰਗਤ ਦੀ ਕਮਾਈ ਨਹੀਂ ਕਥਨ ਕਰਨ ਵਾਲਿਆਂ ਦੀ, ਕੀਰਤਨ ਕਰਨ ਵਾਲਿਆਂ ਦੀ ਉੱਨੀ। ਇਸ ਕਰਕੇ ਮਹਾਰਾਜ ਕਹਿ ਰਹੇ ਆ ਵੀ ਉਹਨਾਂ ਦੀ ਕਥਾ ਦਾ ਅਸਰ, ਪ੍ਰਭਾਵ, ਹਰ ਕੋਈ ਅਸਰ ਕਬੂਲ ਦਾ, ਸਭ ਉੱਤੇ ਉਹਨਾਂ ਦਾ ਪ੍ਰਭਾਵ ਪੈਂਦਾ ਹੈ। ਮਨ ਖੋਟੇ ਪੀ ਹੋਏ ਤਬ ਖਰੇ, ਪਾਪੀ ਵੀ ਮਨ ਦੇ ਖੋਟੇ ਵੀ ਜੇ ਕੋਈ ਸੰਗਤ ਵਿੱਚ ਆ ਜਾਂਦੇ ਉਹ ਵੀ ਖਰੇ ਹੋ ਜਾਂਦੇ ਹੈ, ਭਾਵ ਉਹਨਾਂ ਦਾ ਜੀਵਨ ਵੀ ਸ਼ੁੱਧ ਹੋ ਜਾਂਦਾ ਹੈ, ਸ਼ੁਭ ਗੁਣਾਂ ਦੇ ਧਾਰਨੀ ਬਣ ਜਾਂਦੇ ਹਨ। ਬੁੱਟਰ ਪਿੰਡ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਕਥਾ ਕਰ ਰਹੇ ਸਨ ਕਾਦੀਆਂ ਦੇ ਕੋਲੇ। ਉੱਥੇ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਲੜਕੀਆਂ ਵੇਚਣ ਵਾਲਿਆਂ ਦੀ ਕਥਾ ਸੁਣਾਈ ਵੀ ਭਾਈ ਲੜਕੀ ਵੇਚਣੀ ਬੜਾ ਪਾਪ ਹੈ। ਇੱਕ ਸਿੰਘ ਉੱਠਿਆ, ਮਹਾਂਪੁਰਖੋ ਮੇਰਾ ਮਨ ਕੰਬ ਗਿਆ ਤੁਹਾਡੀ ਕਥਾ ਸੁਣ ਕੇ, ਮੈਥੋਂ ਵਗਿਆ ਹੋਈ, ਮੈਂ ਆਪਣੀ ਲੜਕੀ ਵੇਚੀ ਹੈ ਇੰਨੇ ਪੈਸਿਆਂ ਵਿੱਚ, ਮੈਨੂੰ ਬਖਸ਼ੋ ਜਿਵੇਂ ਵੀ ਬਖਸ਼ ਸਕਦੇ ਹੋ। ਕਹਿੰਦੇ ਭਾਈ ਬਖਸ਼ਹਾਰ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ, ਇਸ ਕਰਕੇ ਤੂੰ ਪਹਿਲਾਂ ਜਿੰਨੇ ਲੜਕੀ ਦੇ ਪੈਸੇ ਲਏ ਹੈ ਨਾ, ਉਸ ਤੋਂ ਵੱਧ ਪੈਸੇ ਲੜਕੀ ਵਾਲੇ ਜਿਨ੍ਹਾਂ ਨੂੰ ਲੜਕੀ ਦਿੱਤੀ ਹੈ ਨਾ ਮੁੱਲ, ਉਹਨਾਂ ਨੂੰ ਪੈਸੇ ਮੋੜ ਕੇ ਆ। ਫਿਰ 5 ਪਿਆਰਿਆਂ ਕੋਲ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਣੀ ਭੁੱਲ ਬਖਸ਼ਾ। ਇਹ ਹੁੰਦਾ ਪ੍ਰਭਾਵ, ਇਹ ਹੁੰਦਾ ਸਤਿਪੁਰਸ਼ਾਂ ਦੀ ਰਸਨਾ ਦਾ ਬਲ। ਕਿਉਂ ਹੁੰਦਾ? ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦਾ ਨਾਮ ਵੱਸਦਾ, ਪਰਮੇਸ਼ਰ ਦਾ ਭਜਨ ਵੱਸਦਾ, ਉਹਨਾਂ ਦੀ ਸਿੱਖਿਆ ਨਾਲ ਸੰਸਾਰ ਤਰ ਜਾਂਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਬਚਨ ਹੀ ਸਨ ਕਿ ਖਾਲਸਾ ਜੀ ਧਰਮ ਦੀ ਖਾਤਰ ਆਓ ਮੈਦਾਨੇ ਜੰਗ ਦੇ ਵਿੱਚ। ਕੌਮ ਨੂੰ ਜਵਾਨੀਆਂ ਦੀ ਲੋੜ ਹੈ, ਸਿਰਾਂ ਦੀ ਲੋੜ ਹੈ। ਉਹਨਾਂ ਦੇ ਇੱਕ ਬਚਨ 'ਤੇ ਲੱਖਾਂ ਹੀ ਸਿੰਘ ਸ਼ਹੀਦੀਆਂ ਦੇ ਗਏ, ਸਿਰ ਲਾ ਗਏ ਕੌਮ ਦੇ ਲੇਖੇ। ਇਹ ਪ੍ਰਭਾਵ ਪੈਣਾ ਹੁੰਦਾ, ਇਹ ਅਸਰ ਕਮੂਲਣਾ ਹੁੰਦਾ। ਜ਼ਿੰਦਗੀ ਤੋਂ ਅਮੋਲਕ ਵਸਤੂ ਕੋਈ ਨਹੀਂ, ਪਰ ਸਤਿਪੁਰਸ਼ਾਂ ਦੇ ਬਚਨਾਂ ਉੱਤੇ ਸੰਗਤਾਂ ਨੇ, ਗੁਰਸਿੱਖਾਂ ਨੇ, ਯੋਧਿਆਂ ਨੇ, ਜੁਝਾਰੂਆਂ ਨੇ, ਸ਼ਹੀਦਾਂ ਨੇ ਸ਼ਹੀਦੀਆਂ ਦੇ ਦਿੱਤੀਆਂ, ਸਿਰ ਲੇਖੇ ਲਾ ਦਿੱਤੇ। ਇਸ ਕਰਕੇ ਸਾਰਿਆਂ ਉੱਤੇ ਉਹਨਾਂ ਦੀ ਛਾਂ, ਭਾਵ ਉਹਨਾਂ ਦਾ ਪ੍ਰਭਾਵ ਜਿਵੇਂ ਬਿਰਛ ਦੀ ਛਾਂ ਧਰਤੀ ਨੂੰ ਢੱਕ ਲੈਂਦੀ ਹੈ ਨਾ, ਔਰ ਕੀ ਕਰਦੀ, ਉੱਥੇ ਠੰਡਕ ਪੈਦਾ ਕਰ ਦਿੰਦੀ ਹੈ, ਤਪਸ਼ ਨੂੰ ਦੂਰ ਕਰ ਦਿੰਦੀ ਹੈ। ਇਸੇ ਤਰ੍ਹਾਂ ਗੁਰਮੁਖਾਂ ਦੀ ਜਿਹੜੀ ਰਸਨਾ ਵਿੱਚ ਪਰਮੇਸ਼ਰ ਦਾ ਨਾਮ ਵੱਸਦਾ, ਉਸਦੀ ਸ਼ਕਤੀ ਹੁੰਦੀ ਹੈ, ਬਰਕਤ ਹੁੰਦੀ ਹੈ। ਜਿਹੜਾ ਜਿਹੜਾ ਉਹਨਾਂ ਦੇ ਮੁਖ ਤੋਂ ਬਾਣੀ ਦੀ ਕਥਾ ਸੁਣਦਾ ਹੈ, ਗੁਰਮਤਿ ਦੇ ਬਚਨ ਸੁਣਦਾ, ਉਹਨਾਂ ਦੇ ਉੱਤੇ ਸਾਧ ਸੰਗਤ ਦੀ ਪ੍ਰਭਾਵ ਕੀ ਪੈਣਾ, ਉਹਨਾਂ ਦੇ ਅੰਦਰੋਂ ਔਗਣਾਂ ਦੀ ਤਪਸ਼ ਦੂਰ ਹੋ ਜਾਂਦੀ ਹੈ, ਸ਼ੁਭ ਗੁਣਾਂ ਦੀ ਠੰਡਕ ਵਾਲੀ ਛਾਂ ਉਹਨਾਂ ਉੱਤੇ ਆ ਜਾਂਦੀ ਹੈ,
ਭਾਵ ਉਹਨਾਂ ਦਾ ਜੀਵਨ ਬਦਲ ਜਾਂਦਾ, ਉਹ ਪ੍ਰਭਾਵ ਨੂੰ ਉਸ ਨੂੰ ਪ੍ਰਵਾਨ ਕਰ ਲੈਂਦੇ ਹਨ। ਮਨ ਖੋਟੇ ਪੀ ਹੋਏ ਤਬ ਖਰੇ, ਜਿਹਨਾਂ ਦੇ ਮਨ ਖੋਟੇ ਮਲੀਨ ਹੁੰਦੇ ਆ, ਪਾਪੀ ਹੁੰਦੇ ਆ, ਉਹ ਮਨ ਵੀ ਸ਼ੁੱਧ ਪਵਿੱਤਰ ਨਿਰਮਲ ਹੋ ਜਾਂਦੇ ਹਨ। ਭਲੇ ਕਰਮ ਕਰਬੇ ਹਿਤ ਧਰੇ, ਤਾਂ ਮਾੜੇ ਕਰਮ ਕਰਨ ਵਾਲਾ ਵੀ ਚੰਗੇ ਕਰਮ ਕਰਨ ਲੱਗ ਪੈਂਦਾ, ਉਹਦੇ ਮਨ ਵਿੱਚ ਵੀ ਇਹ ਪ੍ਰੇਮ ਪੈਦਾ ਹੋ ਜਾਂਦਾ ਕਿ ਮੈਂ ਸ਼ੁਭ ਚੰਗੇ ਨੇਕ ਕਰਮ ਕਰਾਂ, ਉਹ ਚੰਗੇ ਕਰਮ ਕਰਨ ਲੱਗ ਜਾਂਦੇ ਆ। ਸ਼੍ਰੀ ਮੁਖ ਤੇ ਬੋਲੇ ਬਚਪੂਤ, ਹੁਣ ਸਤਿਗੁਰੂ ਜੀ ਅੱਗੋਂ ਦੱਸ ਰਹੇ ਆ ਵੀ ਐਸਾ ਅਸਰ ਕਿਵੇਂ ਪੈਂਦਾ। ਸੁਭਾਏਮਾਨ ਮੁਖ ਤੋਂ ਪਵਿੱਤਰ ਬਚਨ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਆਖਣ ਲੱਗੇ, ਜੋ ਨਰ ਕਰੇ ਭਲੀ ਕਰਤੂਤ, ਜਿਹੜੇ ਭਾਈ ਮਨੁੱਖ ਭਲੀ ਕਰਤੂਤ ਕਰਦੇ ਆ, ਚੰਗਾ ਜੀਵਨ ਹੈ ਜਿਨ੍ਹਾਂ ਦਾ, ਇੱਕ ਮਾੜੀ ਕਰਤੂਤ ਇੱਕ ਚੰਗੀ ਕਰਤੂਤ। ਕਰਤੂਤ ਦਾ ਅਰਥ ਹੁੰਦਾ ਕਰਤੱਵ ਕਰਨਾ, ਭਾਵ ਜਿਨ੍ਹਾਂ ਨੇ ਕਮਾਈ ਕੀਤੀ ਹੈ, ਨਾਮ ਜਪਿਆ, ਸੇਵਾ ਕੀਤੀ ਹੈ, ਚੰਗੇ ਕਰਮ ਕੀਤੇ, ਔਗਣਾਂ ਤੋਂ ਬਚੇ ਹਨ। ਜਿਮ ਅਪਰਨ ਉਪਦੇਸ਼ ਉਚਾਰੇ, ਜਿਵੇਂ ਦੂਜਿਆਂ ਨੂੰ ਉਹ ਸਿੱਖਿਆ ਦਿੰਦੇ ਆ ਨਾ ਵੀ ਆਹ ਗੁਰੂ ਕਾ ਉਪਦੇਸ਼ ਆ ਸਿੱਖਿਆ ਹੈ, ਤਿਮ ਨਿਸ਼ਚੈ ਆਪਣੇ ਔਰ ਧਾਰੇ, ਮਨ ਵਿੱਚ ਵੀ ਉਵੇਂ ਧਾਰਨ ਕਰਦੇ ਆ ਵੀ ਮੈਂ ਜਿਹੜਾ ਦੂਜਿਆਂ ਨੂੰ ਆਖਦਾ ਮੈਂ ਵੀ ਕਮਾਇਆ ਕਿ ਨਹੀਂ ਕਮਾਇਆ, ਮੇਰੇ 'ਚ ਕਮੀ ਤਾਂ ਨਹੀਂ ਹੈ ਇਸ ਗੱਲ ਦੀ ਜਿਹੜੀ ਮੈਂ ਆਖ ਰਿਹਾ ਹਾਂ। ਧੰਨ ਗੁਰੂ ਨੌਵੇਂ ਪਾਤਸ਼ਾਹ ਜੀ ਦਾ ਬੜਾ ਪਿਆਰਾ ਪ੍ਰਸੰਗ ਹੈ। ਬਾਬਾ ਬਕਾਲਾ ਸਾਹਿਬ ਕੋਈ ਮਾਈ ਆਈ, ਸਤਿਗੁਰੂ ਜੀ ਸਾਧ ਸਿੰਘ ਜੀ ਸਾਉਣ ਭਾਦਰੋਂ ਦੇ ਦਿਨਾਂ ਵਿੱਚ ਭੋਰਾ ਸਾਹਿਬ 'ਚੋਂ ਬਾਹਰ ਆ ਕੇ ਬਿਰਛਾਂ ਦੀ ਝੰਗੀ ਵਿੱਚ ਬਹਿ ਕੇ ਤਪ ਕਰਿਆ ਕਰਦੇ ਸਨ, ਕਿਉਂ ਹੁੰਮਸ ਦੇ ਦਿਨਾਂ ਵਿੱਚ ਕੁਝ ਸਮਾਂ ਬਾਹਰ ਆ ਜਾਇਆ ਕਰਦੇ। ਇੱਕ ਮਾਤਾ ਆਈ, ਬੱਚਾ ਨਾਲ ਹੈ ਉਹਦੇ ਛੋਟਾ ਜਿਹਾ, ਸਰੀਰ ਉੱਤੇ ਫੋੜੇ ਫਿਨਸੀਆਂ ਨਿਕਲੀਆਂ ਹੋਈਆਂ। ਕਹਿਣ ਲੱਗੀ, ਮਹਾਰਾਜ ਕਿਰਪਾ ਕਰੋ, ਇਹ ਬੱਚੇ ਦੇ ਫੋੜੇ ਫਿਨਸੀਆਂ ਸਰੀਰ 'ਤੇ ਨਿਕਲੇ ਆ, ਹਟਦੇ ਨਹੀਂ। ਮਹਾਰਾਜ ਪੁੱਛਦੇ, ਮਾਤਾ ਕੀ ਕਾਰਨ ਹੈ? ਕਹਿਣ ਲੱਗੀ, ਮਹਾਰਾਜ ਗੁੜ ਬਹੁਤ ਖਾਂਦਾ ਤਾਂ ਕਰਕੇ ਦੇ ਫੋੜੇ ਫਿਨਸੀਆਂ ਨਿਕਲੀਆਂ। ਚੁੱਪ ਕਰ ਗਏ ਮਹਾਰਾਜ, ਕੋਈ ਉੱਤਰ ਨਹੀਂ ਦਿੱਤਾ। ਮਾਤਾ ਚਲੀ ਗਈ ਕੁਝ ਸਮਾਂ ਬਹਿ ਕੇ, ਕੁਝ ਦਿਨਾਂ ਬਾਅਦ ਫਿਰ ਆਈ। ਕਹਿਣ ਲੱਗੀ, ਮਹਾਰਾਜ ਇੱਕ ਵਾਰੀ ਅੱਗੇ ਆਈ ਸੀ ਬੇਨਤੀ ਕਰਨ, ਤੁਸੀਂ ਮੇਰੀ ਬੇਨਤੀ ਨਹੀਂ ਸੁਣੀ, ਬੜੀ ਦੁਖੀ ਹੈ, ਕਿਰਪਾ ਕਰੋ ਬੱਚੇ ਨੂੰ ਠੀਕ ਕਰੋ, ਗੁੜ ਨਾ ਖਾਇਆ ਕਰੇ, ਫੋੜੇ ਫਿਨਸੀਆਂ ਹਟ ਜਾਣਗੀਆਂ। ਮਹਾਰਾਜ ਕੋਲ ਬੁਲਾ ਕੇ ਬੱਚੇ ਨੂੰ ਕਹਿੰਦੇ, ਬਾਲਕ ਗੁੜ ਨਾ ਭਾਈ ਖਾਇਆ ਕਰ। ਉਹਨੇ ਹੱਥ ਜੋੜ ਕੇ ਸਿਰ ਝੁਕਾਤਾ, ਸਤ ਬਚਨ ਮਹਾਰਾਜ ਨਹੀਂ ਖਾਂਦਾ, ਗੁੜ ਨਾ ਖਾਇਆ, ਫੋੜੇ ਫਿਨਸੀਆਂ ਠੀਕ ਹੋ ਗਈਆਂ। ਮਾਈ ਮਹਾਰਾਜ ਦਾ ਸ਼ੁਕਰਾਨਾ ਧੰਨਵਾਦ ਕਰਨ ਆਈ ਨੌਵੇਂ ਪਾਤਸ਼ਾਹ ਜੀ ਦਾ, ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਾਨਾ, ਤੁਸੀਂ ਮੇਰਾ ਬੱਚਾ ਨਿਰੋਗ ਕਰਤਾ, ਗੁੜ ਖਾਣੋਂ ਵੀ ਹਟ ਗਿਆ। ਪਰ ਸੱਚੇ ਪਾਤਸ਼ਾਹ ਤੁਸੀਂ ਪਹਿਲੇ ਦਿਨ ਕਿਉਂ ਨਹੀਂ ਬਚਨ ਕੀਤਾ? ਦੇਖੋ ਕਿੰਨਾ ਵੈਰਾਗ ਸੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਹਿਰਦੇ ਵਿੱਚ। ਆਪਾਂ ਉਹਨਾਂ ਦੀ ਧਰਤੀ 'ਤੇ ਬੈਠੇ ਹਾਂ। ਕਹਿਣ ਲੱਗੇ, ਮਾਤਾ ਉਸ ਦਿਨ ਅਸੀਂ ਵੀ ਗੁੜ ਖਾਧਾ ਸੀ, ਇਸ ਕਰਕੇ ਅਸੀਂ ਗੁੜ ਖਾਧਾ ਹੋਇਆ ਖਾਣ ਕਰਕੇ ਅਸੀਂ ਬਚਨ ਨਹੀਂ ਕੀਤਾ ਵੀ ਗੁੜ ਛੱਡਦੇ। ਅਸੀਂ ਉਸ ਦਿਨ ਤੋਂ ਬਾਅਦ ਗੁੜ ਨਹੀਂ ਖਾਧਾ ਤਾਂ ਇਹ ਬੱਚੇ ਨੂੰ ਬਚਨ ਕੀਤਾ। ਇੱਕਦਮ ਬੱਚੇ ਨੇ ਉਹ ਬਚਨ ਪ੍ਰਵਾਨ ਕਰ ਲਿਆ, ਨਾਲੇ ਨਿਰੰਕਾਰ ਦਾ ਸਰੂਪ ਸਨ। ਪਹਿਲੇ ਦਿਨ ਹੀ ਭਾਵੇਂ ਸਾਰੀਆਂ ਬਖਸ਼ਿਸ਼ਾਂ ਕਰ ਦਿੰਦੇ, ਪਰ ਉਹਨਾਂ ਨੇ ਸਿੱਖਿਆ ਦੇਣ ਵਾਸਤੇ ਬਚਨ ਕੀਤਾ ਸਾਨੂੰ। ਨੌਵੇਂ ਪਾਤਸ਼ਾਹ ਜੀ ਨੇ ਕਿਹਾ, ਭਾਈ
ਅਵਰਹ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਅਵਰ ਉਪਦੇਸ਼ ਆਪ ਨਾ ਕਰੈ, ਆਪਤ ਜਾਪਤ ਜਨਮੈ ਮਰੈ। ਮਹਾਰਾਜ ਕਹਿੰਦੇ ਦੂਜਿਆਂ ਨੂੰ ਮੇਰੇ ਵਰਗਾ ਉਪਦੇਸ਼ ਦੇਈ ਜਾਂਦਾ, ਆਪ ਕਮਾਉਂਦਾ ਨਹੀਂ, ਤਾਂ ਕਹਿੰਦੇ ਇਹੋ ਜਿਹਾ ਤਾਂ ਜੰਮਦਾ ਮਰਦਾ ਹੀ ਰਹੇਗਾ ਉਪਦੇਸ਼ ਕਰਤਾ। ਇਸ ਕਰਕੇ ਜੋ ਉਪਦੇਸ਼ ਜੋ ਸਿੱਖਿਆ ਦੇਣੀ ਹੈ ਉਸ ਨੂੰ ਆਪ ਵੀ ਮਹਾਰਾਜ ਕਹਿੰਦੇ ਹਿਰਦੇ ਵਿੱਚ ਨਿਸ਼ਚਾ ਕਰੇ, ਧਾਰਨ ਕਰੇ, ਉਹਦੀ ਕਮਾਈ ਕਰੇ, ਉਸ ਦੇ ਅਨੁਸਾਰ ਚੱਲੇ। ਤਿਨ ਕੀ ਛਾਇਆ ਸਭ ਪਰ ਜਾਏ, ਉਹਨਾਂ ਦੀ ਛਾਂ, ਉਹਨਾਂ ਦਾ ਪ੍ਰਭਾਵ, ਉਹਨਾਂ ਦਾ ਅਸਰ ਜਿਹੜੇ ਆਪ ਕਮਾਉਂਦੇ ਆ ਸਾਰਿਆਂ ਉੱਤੇ ਪੈ ਜਾਂਦਾ ਹੈ। ਸੁਣੈ ਬਾਕ ਜੇ ਹਿਰਦੈ ਵਸਾਏ, ਜਿਹੜਾ ਬਚਨ ਉਹ ਕਹਿਣਗੇ ਲੋਕ ਉਹਨਾਂ ਦਾ ਬਚਨ ਹਿਰਦੇ ਚ ਵਸਾਉਣਗੇ। ਇਧਰਲੇ ਕੰਨ ਵਿੱਚ ਪਿਆ ਤੇ ਦੂਜੇ ਚ ਨਿਕਲ ਗਿਆ, ਇਹ ਗੱਲ ਨਹੀਂ ਬਣੇਗੀ, ਅੰਦਰ ਚਲੇ ਜਾਏਗਾ, ਅੰਦਰ ਉਹ ਬਚਨਾਂ ਦਾ ਅਸਰ ਪੈ ਜਾਏਗਾ ਹਿਰਦੇ ਵਿੱਚ। ਬਹੁਤਨ ਕੋ ਉਧਾਰ ਸੋ ਕਰੇ, ਉਹ ਕਰਨੀ ਵਾਲੇ ਬਹੁਤਿਆਂ ਦਾ ਉਧਾਰ ਕਰ ਦਿੰਦੇ। ਅੱਜ ਪ੍ਰਚਾਰ ਦੀ ਕਮੀ ਨਹੀਂ, ਕਮਾਈ ਵਾਲਿਆਂ ਦੀ ਘਾਟ ਹੈ। ਕਮਾਈ ਵਾਲਾ ਇੱਕੋ ਹੀ ਨਿਤਰਿਆ ਸੀ 77 ਤੋਂ ਲੈ ਕੇ 84 ਤੱਕ ਨਿਤਰਿਆ ਨਾ, ਲੱਖਾਂ ਚੋਂ ਇੱਕੋ ਹੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਿੱਥੇ ਲੋਕੀ ਸਾਧ ਸਿੰਘ ਜੀ ਮੂੰਹ ਸਿਰ ਮਨਾ ਕੇ ਮੁੰਡੇ ਯੂਨੀਵਰਸਿਟੀਆਂ ਕਾਲਜਾਂ ਵਿੱਚ ਕੌਮ ਨਿਸ਼ਠ ਬਣ ਗਏ, ਲਾਲ ਪੱਗਾਂ ਬੰਨਦੇ ਸਨ, ਪੱਗਾਂ ਵੀ ਛੱਡ ਗਏ। ਤੇ ਜਦੋਂ ਸਤ ਪੁਰਸ਼ ਆਏ ਲੱਖਾਂ ਦੇ ਦਾੜੇ ਕੇਸ ਰਖਾ ਤੇ, ਲੱਖਾਂ ਦੇ ਲੱਖਾਂ ਹੀ ਸਾਬਤ ਸੂਰਤ ਕੇਸ ਰੱਖ ਗਏ। ਸਿੱਖੀ ਨਾਲ ਆਪਾਂ ਨਿਸ਼ਾਵਰ ਕਰਨ ਲਈ ਅੱਗੇ ਆ ਗਏ ਕੌਮ ਦੀ ਸੇਵਾ ਵਿੱਚ। ਇਹ ਕਮਾਈ ਦਾ ਪ੍ਰਭਾਵ ਸੀ। ਕਮਾਈ ਕਿੰਨੀ ਸੀ? 5 ਬਾਣੀਆਂ, 5 ਗ੍ਰੰਥੀ, 101 ਜਪਜੀ ਸਾਹਿਬ ਜੀ ਦਾ ਪਾਠ, ਜੂਠੇ ਬਰਤਨ ਮਾਂਜਣ ਦੀ, ਜੋੜੇ ਝਾੜਨ ਦੀ, ਲੰਗਰ ਵਰਤਾਉਣ ਦੀ, ਇਸ਼ਨਾਨ ਕਰਾਉਣ ਦੀ, ਕਿੱਡੀ ਵੱਡੀ ਘਾਲਣਾ ਸੀ। ਕਹਿਣਾ ਬੜਾ ਸੌਖਾ, ਪਰ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਕਮਾਈ ਬਹੁਤ ਵੱਡੀ ਕਮਾਈ ਸੀ, ਬਹੁਤ ਵੱਡੀ ਘਾਲਣਾ ਸੀ। ਇਹ ਉਸ ਕਮਾਈ ਦਾ ਅਸਰ ਸੀ। ਭਗਤੀ ਵਿੱਚੋਂ ਸ਼ਕਤੀ ਨੇ ਜਨਮ ਲਿਆ ਅਤੇ ਕੁਝ ਸਾਲਾਂ ਵਿੱਚ ਹੀ ਸਿੱਖਾਂ ਦੀ ਸਾਧ ਸੰਗਤ ਜੀ ਨੁਹਾਰ ਬਦਲਤੀ। ਐਵੇਂ ਨਹੀਂ ਤਾਂ ਨੇ ਲੋਕਾਂ ਨੇ ਨਾਰਾ ਲਾਇਆ, ਭਿੰਡਰਾਂ ਵਾਲਾ ਸੰਤ ਸਿਪਾਹੀ ਜਿਸਨੇ ਸੁੱਤੀ ਕੌਮ ਜਗਾਈ ਆ ਉਸ ਮਰਦ ਸੂਰਮੇ ਨੇ। ਇਹ ਉਹਨਾਂ ਦੇ ਲਈ ਲੱਗਦੇ ਆ ਜਿਨ੍ਹਾਂ ਦੀ ਕਮਾਈ ਸੀ। ਇਸ ਕਰਕੇ ਉਹਨਾਂ ਦਾ ਪ੍ਰਭਾਵ ਸਭ ਤੇ ਪੈਂਦਾ ਹੈ। ਇਸ ਪਰ ਤੁਕ ਸ਼੍ਰੀ ਮੁਖੋਂ ਉਚਰੇ, ਉਹ ਬਹੁਤਿਆਂ ਦਾ ਉਧਾਰ ਕਰ ਦਿੰਦੇ ਹੈ, ਬਹੁਤਿਆਂ ਦਾ ਭਲਾ ਕਰ ਦਿੰਦੇ ਹੈ। ਇਸ ਉੱਤੇ ਸਾਧ ਸਿੰਘ ਜੀ ਰੋਡੇ ਨਗਰ ਦੇ ਸਿੰਘ ਸਨ, ਸੰਤਾਂ ਨੂੰ ਪਿੰਡਦਿਆਂ ਨੇ ਬੇਨਤੀ ਕੀਤੀ, ਜੀ ਉਹ ਤਾਂ ਫਲਾਨਾ ਸਿੰਘ ਇੰਨੀ ਸ਼ਰਾਬ ਕੱਢ ਕੇ ਵੇਚਦਾ ਨਾ, ਸਾਰੇ ਪਿੰਡ ਦੇ ਨੌਜਵਾਨ ਉਹਨੇ ਵਿਗਾੜ ਦਿੱਤੇ, ਸ਼ਰਾਬ ਕੱਢਣ ਲਾ ਤੇ, ਬਚਾਓ ਸਾਡਾ ਪਿੰਡ ਜੇ ਬਚਾ ਸਕਦੇ ਹੋ। ਕਹਿੰਦੇ ਕਿੱਥੇ ਹੈ? ਕਹਿੰਦੇ ਜੀ ਬਾਹਰ ਮੋਟਰ 'ਤੇ ਆ, ਸ਼ਰਾਬ ਦਾ ਡਰੰਮ ਲਾਇਆ, ਸ਼ਰਾਬ ਕੱਢੀ ਜਾਂਦਾ। ਹੁਣ ਸਿੰਘ ਨਾਲ ਦੇ ਵੇਖਣ ਵੀ ਸ਼ਰਾਬ ਕੱਢਣ ਵਾਲੇ ਕੋਲ ਸੰਤ ਜਾਣਗੇ, ਸੰਤ ਤੁਰ ਪਏ ਚਲੇ ਗਏ। ਉਹ ਅੱਗੋਂ ਸ਼ਰਾਬ ਕੱਢਦਾ, ਆਲੇ ਦੁਆਲੇ ਉਹੀ ਟੋਲੀ ਬੈਠੀ ਹੈ ਪੀਣ ਵਾਲੀ ਅਤੇ ਅੱਗੇ ਲੋਕਾਂ ਨੂੰ ਪਿਆਉਣ ਵਾਲੀ। ਸੰਤ ਕਹਿੰਦੇ ਚੰਗਾ ਭਲਾ ਰੱਬ ਨੇ ਦੇਹ ਦਿੱਤੀ ਹੈ, ਕਿਉਂ ਨਰਕਾਂ ਵਾਲੇ ਕਰਮ ਕਰਦਾ? ਉੱਠ ਕੇ ਖੜਾ ਹੋ ਗਿਆ, ਚਰਨਾਂ ਵਿੱਚ ਸਿਰ ਰੱਖਤਾ, ਕਹਿੰਦਾ ਅੱਜ ਬਖਸ਼ ਲਓ, ਮੁੜ ਕੇ ਜ਼ਿੰਦਗੀ ਵਿੱਚ ਇਹ ਪਾਪ ਨਹੀਂ ਕਰਾਂਗਾ। ਅੰਮ੍ਰਿਤ ਛਕਾ ਕੇ ਸਿੰਘ ਸਜਾ ਲਿਆ, ਨਾਲ ਹੀ ਜਥੇ ਵਿੱਚ ਰੱਖ ਲਿਆ।
ਸੋ ਸਾਧ ਸੰਗਤ ਦੀ ਐਸੀ ਉਹਨਾਂ ਦੇ ਬਚਨਾਂ ਵਿੱਚ ਤਾਕਤ ਸੀ, ਐਸੀ ਕਰਨੀ ਸੀ ਉਹਨਾਂ ਮਹਾਂਪੁਰਖਾਂ ਦੀ। ਬਹੁਤਿਆਂ ਦਾ ਉਧਾਰ ਕਰ ਦਿੰਦੇ ਆ, ਬਹੁਤਿਆਂ ਦਾ ਭਲਾ ਕਰ ਦਿੰਦੇ ਆ। ਇਸ ਪ੍ਰਥਾ ਇਹ ਸਤਿਗੁਰੂ ਜੀ ਨੇ ਇੱਕ ਤੁਕ ਉਚਾਰਨ ਕੀਤੀ ਹੈ, ਪਹਿਲੋਂ ਦੇ ਜੜ ਅੰਦਰ ਜੰਮੈ। ਕਹਿੰਦੇ ਪਹਿਲਾਂ ਧਰਤੀ ਦੇ ਵਿੱਚ ਬੀਜ ਬੀਜਿਆ ਜਾਂਦਾ, ਧੰਨ ਗੁਰੂ ਨਾਨਕ ਸਾਹਿਬ ਦੀ ਤੁਕ ਹੈ। ਕਹਿੰਦੇ ਪਹਿਲਾਂ ਜੜ ਧਰਤੀ ਵਿੱਚ ਜੰਮਦੀ ਹੈ, ਪੈਦਾ ਹੁੰਦੀ ਹੈ, ਉੱਗਦੀ ਹੈ, ਤਾਂ ਉੱਪਰ ਹੋਵੇ ਛਾਉ, ਫਿਰ ਉਹਦਾ ਬਿਰਛ ਬਣ ਕੇ ਉੱਤੇ ਛਾਂ ਦਿੰਦਾ, ਫੁੱਲ ਦਿੰਦਾ, ਫਲ ਦਿੰਦਾ ਹੈ। ਪਰ ਜੜ ਪਹਿਲਾਂ ਅੰਦਰ ਜੰਮਦੀ ਹੈ, ਪੈਦਾ ਹੁੰਦੀ ਹੈ। ਚੌਪਈ ਜੋ ਪੜਕਾਰ ਉਪਦੇਸ਼ ਬਤਾਵੇ। ਇਸੇ ਤਰ੍ਹਾਂ ਕਹਿੰਦੇ ਪਹਿਲਾਂ ਅੰਦਰ ਆਪਣੇ ਕਮਾਈ ਹੋਵੇ, ਹਿਰਦੇ ਵਿੱਚ ਨਾਮ ਵਸਿਆ ਹੋਵੇ, ਬਾਣੀ ਵਸੀ ਹੋਵੇ, ਜੋ ਪੜ੍ਹਿਆ ਉਸ ਉਪਦੇਸ਼ ਨੂੰ ਆਪ ਕਮਾਉਂਦਾ ਹੋਵੇ, ਫਿਰ ਹੀ ਸਾਰਿਆਂ ਉੱਤੇ ਸ਼ਾਮ ਪ੍ਰਭਾਵ ਪੈਂਦਾ ਬਣਦਾ ਹੈ। ਜੋ ਪੜ੍ਹ ਕੇ ਉਪਦੇਸ਼ ਲੋਕਾਂ ਨੂੰ ਦਿੰਦਾ ਹੈ, ਆਪ ਨਹੀਂ ਸ਼ੁਭ ਕਰਮ ਕਮਾਵੇ। ਆਪ ਸ਼ੁਭ ਕਰਮ ਦੀ ਨੰਗ ਪਿੱਛੇ ਹੋ ਜਾਓ, ਆਪ ਸ਼ੁਭ ਕਰਮ ਹੀ ਨਹੀਂ ਕਮਾਉਂਦਾ, ਲੋਕਾਂ ਨੂੰ ਸ਼ੁਭ ਕਰਮਾਂ ਦੀ ਸਿੱਖਿਆ ਦਿੰਦਾ, ਆਪ ਚੰਗੇ ਕਰਮ ਹੀ ਨਹੀਂ ਕਰਦਾ ਹੈ। ਤਿਸ ਕੀ ਛਾਇਆ ਪਰਹ ਨਾ ਕਿਸ ਪੈ। ਉਹਦੀ ਛਾਂ, ਉਹਦਾ ਪ੍ਰਭਾਵ ਕਿਸੇ ਉੱਤੇ ਕੀ ਪੈਣਾ, ਕਦੇ ਵੀ ਨਹੀਂ ਪੈਂਦਾ। ਪਟਨਾ ਸਾਹਿਬ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਗਏ ਢਾਡੀ, ਉਦੋਂ ਆਮ ਸ਼ਰਾਬ ਪੀਆ ਕਰਦੇ ਸਨ। ਸੰਤਾਂ ਨੇ 35 ਢਾਡੀ ਜਥੇ ਇਕੱਠੇ ਕੀਤੇ, ਕਹਿਣ ਲੱਗੇ ਸਿੰਘੋ ਤੁਸੀਂ ਲੋਕਾਂ ਦੀ ਸ਼ਰਾਬ ਛਡਾਉਣੀ ਆ, ਤੁਸੀਂ ਆਪ ਪੀਂਦੇ ਹੋ, ਪਹਿਲਾਂ ਆਪ ਤਾਂ ਛੱਡੋ, ਤਾਂ ਹੀ ਛੁੱਟੂ ਦੂਜਿਆਂ ਦੀ। ਸਾਰਿਆਂ ਤੋਂ ਪ੍ਰਾਣ ਕਰਾ ਕੇ ਦੁਬਾਰਾ ਅੰਮ੍ਰਿਤ ਛਕਾਇਆ, ਸਾਰਿਆਂ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜਿਆ। ਐਸੀ ਉਹਨਾਂ ਦੀ ਕਮਾਈ ਸੀ ਸਾਧ ਸੰਗਤ ਜੀ, ਇਸ ਕਰਕੇ ਉਹਨਾਂ ਦਾ ਹੀ ਪ੍ਰਭਾਵ ਪੈਂਦਾ। ਜਿਹੜਾ ਆਪ ਨਹੀਂ ਕਮਾਉਂਦਾ, ਉਹਦੀ ਛਾਇਆ, ਉਹਦਾ ਪ੍ਰਭਾਵ ਕਿਸੇ ਤੇ ਨਹੀਂ ਪਵੇਗਾ। ਸਰਵਨ ਕਰੇ ਕੁਛ ਹੋਏ ਨਾ ਤਿਸ ਪੈ। ਜਿੰਨਾ ਮਰਜ਼ੀ ਸੁਣਾਈ ਜਾਵੇ ਵੀ ਫਲਾਨਾ ਰਾਗੀ ਬੜਾ ਸੋਹਣਾ ਕੀਰਤਨ ਕਰਦਾ, ਵਾਹ ਵਾਹ ਕਰਾਈ ਜਾਂਦਾ, ਢਾਡੀ ਨੇ, ਕਥਾ ਵਾਚਕ ਨੇ, ਪ੍ਰਚਾਰਕ ਨੇ ਕਮਾਲ ਕਰਤੀ, ਬਈ ਇੰਨੀ ਤਾਂ ਗੱਲ ਸੁਣੋਗੇ, ਪਰ ਇਸ ਤੋਂ ਅੱਗੇ ਸਭ ਕੁਝ ਖਾਲੀ, ਕੋਈ ਪ੍ਰਭਾਵ ਨਹੀਂ। ਕਿਉਂ? ਆਪ ਨਹੀਂ ਕਮਾਇਆ। ਸਰਵਣ ਜਿੰਨਾ ਮਰਜ਼ੀ ਕੋਈ ਕਰੀ ਜਾਵੇ, ਉਸ ਕੋਲੋਂ ਸੁਣੀ ਜਾਵੇ, ਪਰ ਉੱਥੋਂ ਬਣਦਾ ਕੁਝ ਨਹੀਂ ਕਿਸੇ ਦਾ ਵੀ। ਇਮ ਸਤਿਗੁਰ ਸੋ ਸਿੱਖ ਸਰਾਹੇ। ਕਿਉਂ? ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਦੀ ਮਹਾਨ ਮਹਿਮਾ ਕੀਤੀ ਹੈ, ਜਿਨ ਕੋ ਪ੍ਰੇਮ ਗੁਰੂ ਪਗ ਮਾਹੇ। ਜਿਹਨਾਂ ਦਾ ਗੁਰੂ ਦੇ ਚਰਨ ਨਾਲ ਪ੍ਰੇਮ ਜੁੜਿਆ, ਮਨ ਜੁੜਿਆ, ਨਾਮ ਵਿੱਚ, ਬਾਣੀ ਵਿੱਚ, ਭਗਤੀ ਵਿੱਚ। ਸੁਣ ਅਪਰ ਨਗੁਣ ਸ਼ੁਭ ਉਰ ਧਾਰੇ। ਜਿਹੜੇ ਦੂਜਿਆਂ ਨੂੰ ਗੁਣ ਸੁਣਾਉਂਦੇ ਆ ਰੱਬ ਤੋਂ, ਬਖਸ਼ਿਸ਼ਾਂ ਪ੍ਰਾਪਤ ਵਾਲੇ ਜਾਂ ਸ਼ੁਭ ਗੁਣਾਂ ਦੀ ਵਿਆਖਿਆ, ਉਹਨਾਂ ਗੁਣਾਂ ਨੂੰ ਉਹਨਾਂ ਗੁਰਮੁਖਾਂ ਨੇ ਆਪ ਵੀ ਧਾਰਿਆ, ਆਪ ਵੀ ਉਹਨਾਂ ਸ਼ੁਭ ਗੁਣਾਂ ਦੀ ਕਮਾਈ ਕੀਤੀ ਹੈ। ਚਹੁ ਦਿਸ਼ ਮੈਂ ਗੁਰ ਕੋ ਜੈਕਾਰੇ। ਉਹਨਾਂ ਦੀ ਚਹੁ ਦਿਸ਼ਾਵਾਂ ਦੇ ਵਿੱਚ ਗੁਰੂ ਜੈ ਜੈਕਾਰ ਕਰਾ ਦਿੰਦਾ ਪਰਮੇਸ਼ਰ, ਜਿਹਨਾਂ ਨੇ ਆਪ ਗੁਰੂ ਕੇ ਉਪਦੇਸ਼ ਨੂੰ ਕਮਾਇਆ ਤੇ ਦੂਸਰਿਆਂ ਨੂੰ ਸੁਣਾਇਆ, ਉਹਨਾਂ ਦੀ ਵੀ ਜੈ ਜੈਕਾਰ ਹੁੰਦੀ ਹੈ, ਔਰ ਉਹਨਾਂ ਦੁਆਰਾ ਸੰਗਤ ਜੀ ਗੁਰੂ ਕੇ ਦਰ ਦੀ ਵੀ ਜੈ ਜੈਕਾਰ ਹੁੰਦੀ ਹੈ, ਜਿਹੜੇ ਆਪ ਕਮਾ ਕੇ ਅੱਗੇ ਸੰਗਤਾਂ ਨੂੰ ਗੁਰਮਤਿ ਦੀ ਵਿਆਖਿਆ ਸੁਣਾਉਂਦੇ ਹਨ, ਉਹ ਧੰਨਤਾ ਦੇ ਯੋਗ ਹਨ। ਸੋ ਸਾਧ ਸੰਗਤ ਜੀ ਪੰਥ ਵਿੱਚ
ਅੱਜ ਕਮਾਈ ਦੀ ਕਰਨੀ ਦੀ ਵੱਡੀ ਘਾਟ ਪੈ ਗਈ, ਜਿਸ ਕਰਕੇ ਆਪਾਂ ਗਿਰਾਵਟ ਵਾਲਾ ਪੱਖ ਦੇਖ ਰਹੇ ਹਾਂ। ਪ੍ਰਚਾਰ ਬਹੁਤ ਹੋ ਰਿਹਾ, ਕਮੀ ਨਹੀਂ ਹੈ ਪ੍ਰਚਾਰ ਦੀ, ਸਾਧਨਾਂ ਦੀ। ਕਮਾਈ ਵਾਲਿਆਂ ਨੂੰ ਤਾਂ ਅੱਜ ਨਿੰਦਿਆ ਜਾ ਰਿਹਾ, ਨਾਮ ਜਪਣ ਦੀ, ਭਗਤੀ ਕਰਨ ਦੀ, ਕਮਾਈ ਕਰਨ ਦੀ, ਸੇਵਾ ਕਰਨ ਦੀ, ਉਹਦੀ ਤਾਂ ਉਲਟੀ ਨਿੰਦਿਆ ਹੋ ਰਹੀ। ਅੱਜ ਦੇ ਪ੍ਰਚਾਰਕ ਬੜਾ ਕੁਛ ਬੋਲਦੇ ਆ, ਗੱਲ ਨਹੀਂ ਬਣੇਗੀ ਉਨਾ ਚਿਰ। ਸਾਧ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਵੇਲੇ ਸਿੱਖ ਬੜੀ ਥੋੜ੍ਹੀ ਗਿਣਤੀ ਵਿੱਚ ਰਹਿ ਗਏ ਸਨ। ਸਿੱਖਾਂ ਨੇ ਚਿੰਤਾ ਜ਼ਾਹਰ ਕੀਤੀ ਲਾਹੌਰ ਵਿੱਚ ਕਿ ਸਿੱਖਾਂ ਨੂੰ ਬਹੁਤ ਵੱਡੀ ਮਾਰ ਪੈ ਗਈ ਹੈ, ਸਿੱਖ ਸਿੱਖੀ ਤੋਂ ਦੂਰ ਚਲੇ ਗਏ। ਮਹਾਂਪੁਰਖ ਕਹਿਣ ਲੱਗੇ ਕਲਗੀਆਂ ਵਾਲੇ ਦਾ ਪੰਥ ਹੈ, ਉਹ ਆਪੇ ਹੀ ਬਖਸ਼ਿਸ਼ ਕਰੇਗਾ, ਕ੍ਰਿਸ਼ਮਾ ਦਿਖਾਵੇਗਾ। ਜਦੋਂ ਭਗਤੀ ਕਰਨ ਤੋਂ ਬਾਅਦ ਲੱਕ ਬੰਨ ਕੇ ਤੁਰੇ, ਲੱਖਾਂ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾ ਕੇ ਸਿੱਖ ਛਡਾਤਾ। ਸੋ ਇਹ ਕਰਨੀ ਹੁੰਦੀ ਹੈ, ਕਰਨੀ ਵਾਲੇ ਗੁਰਸਿੱਖ ਜਦੋਂ ਆਉਂਦੇ ਆ, ਕਾਇਆਂ ਬਦਲ ਦਿੰਦੇ ਆ ਕੌਮਾਂ ਦੀਆਂ। ਸੋ ਲੋੜ ਹੈ ਭਾਈ ਕਰਨੀ ਵਾਲੇ ਗੁਰਸਿੱਖ ਪੈਦਾ ਹੋਣ ਔਰ ਗੁਰੂ ਕੇ ਪੰਥ ਦੀ ਸੇਵਾ ਕਰਨ। ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਸਾਧ ਸੰਗਤ ਜੀ, 1 ਜੂਨ ਤੋਂ ਲੈ ਕੇ 5 ਜੂਨ ਤੱਕ ਰੋਜ਼ਾਨਾ ਸ਼ਾਮ ਨੂੰ ਤੁਸੀਂ 4 ਵਜੇ ਤੋਂ 6:30 ਵਜੇ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚ ਕੇ ਹਾਜ਼ਰੀ ਭਰਿਆ ਕਰਨੀ ਹੈ। 6 ਜੂਨ ਨੂੰ ਸੁਬਾਹ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰੇ ਨਗਰ ਨੇ ਹੁੰਮ ਹੁਮਾ ਕੇ ਪਹੁੰਚਣਾ ਅਤੇ 4 ਵਜੇ ਤੱਕ ਉੱਥੇ ਹਾਜ਼ਰੀ ਭਰਨੀ ਹੈ ਸ਼ਹੀਦੀ ਦੀਵਾਨਾਂ ਵਿੱਚ। ਅਤੇ ਹਰ ਤਰ੍ਹਾਂ ਦੀ ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ ਸੇਵਾ ਕਰਨੀ ਹੈ। ਇਹ ਸਾਡਾ ਆਪਣਾ ਨਗਰ ਹੈ, ਤੁਹਾਡੇ 'ਤੇ ਸਾਨੂੰ ਬੜਾ ਭਾਰੀ ਮਾਣ ਹੈ ਸਾਧ ਸੰਗਤ ਜੀ। ਇਸ ਲਈ ਵੱਧ ਚੜ੍ਹ ਕੇ ਤੁਸੀਂ ਹਰ ਤਰ੍ਹਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਣਾ ਅਤੇ ਸਾਰੇ ਇਲਾਕੇ ਦੀ ਸੰਗਤ ਨੂੰ ਵੀ ਨਾਲ ਲੈ ਕੇ ਪਹੁੰਚਣਾ। ਇਹ ਬੇਨਤੀਆਂ ਤੁਸੀਂ ਭਾਈ ਪ੍ਰਵਾਨ ਕਰਨੀਆਂ। ਮੈਂ ਸਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਮੁੱਖ ਗ੍ਰੰਥੀ ਸਾਹਿਬ ਜੀ ਦਾ, ਨਗਰ ਦੀ ਪੰਚਾਇਤ ਦਾ, ਨਗਰ ਦੀ ਸਮੁੱਚੀ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਸਰਦਾਰ ਇਕਬਾਲ ਸਿੰਘ ਜੀ ਮਾਨ, ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਭਾਈ ਗੁਰਦੀਪ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਸਾਧ ਸੰਗਤ ਜੀ ਸ਼ਹੀਦੀ ਸਮਾਗਮਾਂ ਦੇ ਫਲੈਕਸਾਂ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ ਤੁਹਾਡੇ ਨਗਰ ਤੋਂ ਹਨ। ਹਰ ਸਾਲ ਸ਼ਹੀਦੀ ਸਮਾਗਮ ਦੇ ਫਲੈਕਸਾਂ ਦੀ ਬਹੁਤ ਵੱਡੀ ਸੇਵਾ ਕਰਦੇ ਹੈ। ਮੈਂ ਉਹਨਾਂ ਦਾ ਵੀ ਰੋਮ ਰੋਮ ਕਰਕੇ ਇਸ ਸੇਵਾ ਲਈ ਧੰਨਵਾਦ ਕਰਦਾ। ਇਸੇ ਹੀ ਤਰ੍ਹਾਂ ਕਮਰਦੀਪ ਸਿੰਘ ਜੀ ਮਾਨ ਸਾਹਿਬ, ਹੋਰ ਜਿੰਨੇ ਵੀ ਸਾਰੇ ਪਤਵੰਤੇ ਸਿੰਘ ਹੈ, ਸਾਰਿਆਂ ਦਾ ਦਿਲ ਦੀ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ। ਸੰਤ ਬਾਬਾ ਨਵਤੇਜ ਸਿੰਘ ਜੀ ਚੇਲਿਆਣਾ ਸਾਹਿਬ, ਉਹ ਵੀ ਪਹੁੰਚੇ ਹੈ। ਗਿਆਨੀ ਹਰਦੇਵ ਸਿੰਘ ਜੀ ਬੂੜੇ ਨੰਗਲ ਵਾਲੇ ਪਹੁੰਚੇ ਹੈ। ਸਰਦਾਰ ਤਰਸੇਮ ਸਿੰਘ ਜੀ ਤਾਰਪੁਰ, ਹੋਰ ਵੀ ਜਿੰਨੀਆਂ ਸੰਗਤਾਂ ਬੈਠੀਆਂ ਹਨ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਰਾਮ ਸਰੂਪ ਅਣਖੀ ਜੀ, ਪੰਡਿਤ ਜੀ ਹਰ ਦੀਵਾਨ ਵਿੱਚ ਆ ਕੇ ਹਾਜ਼ਰੀ ਭਰਦੇ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭਾਈ ਮੇਜਰ ਸਿੰਘ ਜੀ ਅਮੈਰੀਕਾ ਵਾਲੇ, ਉਹ ਵੀ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਨ। ਸੋ ਕੱਲ੍ਹ ਦਾ ਦੀਵਾਨ ਸਿਆਲਕੇ ਨਗਰ ਵਿੱਚ ਹੈ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਰੱਖਿਆ ਗਿਆ ਹੈ।
ਅਤੇ ਪਰਸੋਂ ਨੂੰ ਗੁਰਦੁਆਰਾ ਚੇਲਿਆਣਾ ਸਾਹਿਬ, ਫਿਰ 1 ਤਰੀਕ ਤੋਂ ਸ਼ਹੀਦੀ ਘੱਲੂਘਾਰੇ ਦੇ ਸਮਾਗਮ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਆਰੰਭ ਹੋ ਰਹੇ ਹਨ। ਸਾਰੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ। ਕੱਲ੍ਹ ਦੀ ਜੋ ਆਪਣੇ ਇਲਾਕੇ ਦੀ ਵਿਸ਼ੇਸ਼ ਮੀਟਿੰਗ ਰੱਖੀ ਹੈ ਪਤਵੰਤੇ ਸਿੰਘਾਂ ਦੀ, ਉਹ 12 ਵਜੇ ਰੱਖੀ ਹੈ। ਮੁਖੀ ਸਿੰਘਾਂ ਨੇ ਉਸ ਇਕੱਤਰਤਾ ਵਿੱਚ ਪਹੁੰਚਣਾ, ਕਿਉਂਕਿ ਕੱਲ੍ਹ ਨੂੰ ਲੰਗਰਾਂ ਦੀ, ਛਬੀਲਾਂ ਦੀ, ਜੋੜੇ ਘਰਾਂ ਦੀ, ਪ੍ਰਬੰਧਾਂ ਦੀ, ਸਾਰੀਆਂ ਸੇਵਾਵਾਂ ਲਾਈਆਂ ਜਾਣੀਆਂ। ਇਸ ਕਰਕੇ ਭਾਈ ਮੁਖੀ ਸਿੰਘਾਂ ਨੇ, ਸੇਵਾ ਲੈਣ ਵਾਲੇ ਪਰਿਵਾਰਾਂ ਨੇ, ਹੁੰਮ ਹੁਮਾ ਕੇ ਸਿੰਘਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸੁਣ ਅਪਰਨ ਗੁਣ ਸ਼ੁਭ ਉਰ ਧਾਰੇ, ਚਾਹੁੰਦਿਸ ਮੈਂ ਗੁਰ ਕੋ ਜੈਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੋ।